जी मैं हाँ सुखनी को कंदोला मैं सुने विजय पंत तुसी भी सुने जात पात ऊंच नीच धर्म मजहब दे पिन भेद तो उपर उठ के पंजाब पंजाबी अते पंजाबीयत दी सेवा करता होया रेडियो पंज तुसी सुन रहे हो 1521 AM ते जेड़ा रूह नू रूह नाल जोड़दा जेड़ा सुख सबना दी लोड़दा गल करदा है पंजाब पानिया दी पंजाब दिया सथा अते टानिया दी तुहाडा सारिया दा मन पसंद ए है रेडियो पंज। ਰੇਡੀਓ ਪੰਜ ਦੇ ਸਾਰੇ ਪਰਿਵਾਰ ਨੂੰ ਛਿੰਦਾ ਸੁਰੀਲਾ ਵੱਲੋਂ ਮੋਪੇਜਾ ਪ੍ਰਣਾਮ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਐਂਡ ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 11 ਵਜੇ ਕੇ ਤਕਰੀਬਨ 7 ਮਿੰਟ ਹੋਣ ਜਾ ਰਹੇ ਨੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਪ੍ਰੋਗਰਾਮ ਸੁਰੀਲਾ ਪੰਜਾਬ ਸਪੈਸ਼ਲ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕਾ ਰੇਡੀਓ ਪੰਜ 1521 AM ਦੇ ਸਟੂਡੀਓ ਦੇ ਵਿੱਚ ਉਮੀਦ ਕਰਦਾ ਕਿ ਰੇਡੀਓ ਪੰਜ ਸੁਣ ਰਹੇ ਸਾਰੇ ਸਰੋਤੇ ਚੜ੍ਹਦੀ ਕਲਾ 'ਚ ਹੋਣਗੇ ਰੇਡੀਓ ਪੰਜ ਦੇ ਪਰਿਵਾਰ ਨੇ ਗੁਰਬਾਣੀ ਪ੍ਰੋਗਰਾਮਾਂ ਦਾ ਅੰਮ੍ਰਿਤ ਵੇਲੇ ਤੋਂ ਖੂਬ ਲਾਹਾ ਲਿਆ ਹੋਵੇਗਾ ਤਹਿ ਦਿਲੋਂ ਧੰਨਵਾਦ ਕਰਦੇ ਜਾਈਏ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਉਪਰਾਲੇ ਸਦਕਾ ਦੂਰ ਦੁਰਾਡੇ ਬੈਠੀਆਂ ਸੰਗਤਾਂ ਗੁਰਬਾਣੀ ਦਾ ਲਾਹਾ ਲੈਂਦੀਆਂ ਨੇ ਰੇਡੀਓ ਪੰਜ ਦੀ ਮੈਨੇਜਮੈਂਟ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਂਝੇ ਯਤਨਾਂ ਦੇ ਨਾਲ ਇਹ ਉਪਰਾਲਾ ਕੀਤਾ ਗਿਆ ਐਤਵਾਰ ਦੇ ਦੀਵਾਨ 8:30 ਤੋਂ 11 ਵਜੇ ਤੱਕ ਸਰਵਣ ਕਰਵਾਏ ਜਾਂਦੇ ਨੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਹਰਨ ਲੇਨ ਤੋਂ ਜੀ ਸੋ ਉਮੀਦ ਕਰਦਾ ਕਿ ਰੇਡੀਓ ਪੰਜ ਦੇ ਸਾਰੇ ਸਰੋਤੇ ਚੜ੍ਹਦੀ ਕਲਾ 'ਚ ਹੋਣਗੇ ਖੂਬਸੂਰਤ ਮੌਸਮ ਦਾ ਵੀ ਆਨੰਦ ਮਾਣਿਆ ਜਾ ਰਿਹਾ ਹੋਵੇਗਾ ਸੂਰਜ ਚਮਕ ਰਿਹਾ ਜੀ ਪਰ ਠੰਡ ਹੈ ਜਿਸ ਤਰ੍ਹਾਂ ਪਿਛਲੇ ਦਿਨ ਤੋਂ ਆਪਾਂ ਅਨਾਊਂਸ ਕੀਤਾ ਸੀਗਾ ਕਿ ਐਤਵਾਰ ਵਾਲੇ ਦਿਨ 11 ਵਜੇ ਤੋਂ ਲੈ ਕੇ 12 ਵਜੇ ਤੱਕ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਵਿੱਚ ਸਾਂਝ ਪਾਵਾਂਗੇ ਅਸ਼ਵਨੀ ਰਿਸ਼ੀ ਹੋਰਾਂ ਦੇ ਨਾਲ ਅਤੇ ਉਹਨਾਂ ਦੇ ਕੋਲੋਂ ਆਪਾਂ ਕਾਫੀ ਸਾਰੀ ਜਾਣਕਾਰੀ ਹਾਸਲ ਕਰਨੀ ਹੈ ਕਿ ਕਾਨੂੰਨਾਂ ਦੇ ਵਿੱਚ ਕੀ ਕੀ ਬਦਲਾਅ ਆਇਆ ਗ੍ਰਾਂਟਸ ਵਗੈਰਾ ਦੀਆਂ ਕਿਵੇਂ ਸਹਾਇਤਾ ਹੋ ਰਹੀਆਂ ਨੇ ਸਰਕਾਰ ਵੱਲੋਂ ਛੋਟੇ ਬਿਜ਼ਨਸ ਅਤੇ ਸੈਲਫ ਇੰਪਲੋਇਡ ਨੂੰ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਜਿਨ੍ਹਾਂ ਦੀ ਆਪਣੇ ਵਤਨ ਦੇ ਵਿੱਚ ਪ੍ਰੋਪਰਟੀ ਹੈ ਜਿਨ੍ਹਾਂ ਦੀ ਆਪਣੇ ਵਤਨ ਦੇ ਵਿੱਚ ਜਾਇਦਾਦ ਹੈ ਜਾਂ ਬੈਂਕ ਅਕਾਊਂਟ ਹਨ ਉਹਨਾਂ ਦੀ ਕੀ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਪੈਸ਼ਲ ਪ੍ਰੋਗਰਾਮ ਆਪਾਂ ਕਰਾਂਗੇ ਜੀ ਅਸ਼ਵਨੀ ਰਿਸ਼ੀ ਹੋਰਾਂ ਦੇ ਨਾਲ ਅਸ਼ਵਨੀ ਰਿਸ਼ੀ ਜੀ ਹੋਰਾਂ ਦੇ ਨਾਲ ਸਾਂਝ ਪੈ ਚੁੱਕੀ ਹੈ ਜੀ ਜੀ ਆਇਆਂ ਨੂੰ ਸਵਾਗਤ ਹੈ ਅਸ਼ਵਨੀ ਰਿਸ਼ੀ ਜੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਤੁਸੀਂ ਸੁਣਾਓ ਬਹੁਤ ਵਧੀਆ ਜੀ ਅਸ਼ਵਨੀ ਰਿਸ਼ੀ ਜੀ ਦਿਲ ਦੀਆਂ ਗਹਿਰਿਆਂ 'ਚੋਂ ਰੇਡੀਓ ਪੰਜ ਦੀ ਸਾਰੀ ਟੀਮ ਅਤੇ ਰੇਡੀਓ ਪੰਜ ਦੇ ਸਾਰੇ ਸਰੋਤਿਆਂ ਵੱਲੋਂ ਆਪ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸਮਾਂ ਤੁਸੀਂ ਰੇਡੀਓ ਪੰਜ ਦੇ ਸਰੋਤਿਆਂ ਦੇ ਰੂਬਰੂ ਹੁੰਦੇ ਹੋ ਤਾਂ ਕਿ ਰੇਡੀਓ ਪੰਜ ਦੇ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਉਹਨਾਂ ਕਾਨੂੰਨਾਂ ਤੋਂ ਉਹਨਾਂ ਗ੍ਰਾਂਟਸ ਤੋਂ ਜਾਣਕਾਰੀ ਉਹਨਾਂ ਨੂੰ ਹਾਸਲ ਹੋ ਸਕੇ ਤਾਂ ਕਿ ਉਹ ਫਾਇਦਾ ਉਠਾ ਸਕਣ ਕਿ ਸਰਕਾਰ ਵੱਲੋਂ ਕੀ ਕੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਛੋਟੇ ਬਿਜ਼ਨਸ ਨੂੰ ਤਾਂ ਕਿ ਉਹ ਬੰਦ ਨਾ ਹੋ ਜਾਣ ਇਸ ਮਹਾਂਮਾਰੀ ਦੇ ਤੌਰ 'ਤੇ ਅਤੇ ਜਿਹੜੇ ਸੈਲਫ ਇੰਪਲੋਇਡ ਨੇ ਉਹਨਾਂ ਨੂੰ ਕੀ ਕੀ ਸਹੂਲਤਾਂ ਆਪਾਂ ਪਿਛਲੇ ਹਫ਼ਤੇ ਵੀ ਗੱਲਬਾਤ ਕੀਤੀ ਸੀਗੀ ਅਤੇ ਇਸ ਹਫ਼ਤੇ ਅਸ਼ਵਨੀ ਜੀ ਜੇ ਤਾਂ ਕੋਈ ਕਾਨੂੰਨ ਦੇ ਵਿੱਚ ਕੋਈ ਹੋਰ ਬਦਲਾਅ ਆਇਆ ਜਿਹੜਾ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਆਪਾਂ ਉੱਥੋਂ ਸ਼ੁਰੂਆਤ ਕਰਦੇ ਹਾਂ ਅਤੇ ਉਸ ਤੋਂ ਬਾਅਦ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਨ੍ਹਾਂ ਦੀ ਆਪਣੇ ਵਤਨ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਜ਼ਮੀਨ ਜਾਇਦਾਦ ਹੈ ਜਾਂ ਬੈਂਕਾਂ ਦੇ ਵਿੱਚ ਪੈਸਾ ਪਿਆ ਉਹਨਾਂ ਦੇ ਲਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਣ ਜਾ ਰਿਹਾ ਸਭ ਤੋਂ ਪਹਿਲਾਂ ਆਪਾਂ ਇੱਥੇ ਦੇ ਗਵਰਨਮੈਂਟ ਵੱਲੋਂ ਕੀ ਸਹੂਲਤਾਂ ਕੋਈ ਪਿਛਲੇ ਹਫ਼ਤੇ ਦੇ ਵਿੱਚ ਕੋਈ ਬਦਲਾਅ ਆਇਆ ਹੈ ਜੀ ਹਾਂਜੀ ਅਸੀਂ ਪਿਛਲੀ ਵੀਕ ਜਿਹੜੀ ਗੱਲਬਾਤ ਕੀਤੀ ਸੀਗੀ ਉਹਦੇ ਵਿੱਚ ਇਹ ਥੋੜ੍ਹਾ ਇੱਦਾਂ ਲੱਗਿਆ ਸੀਗਾ ਕਿ ਚੀਜ਼ਾਂ ਜ਼ਿਆਦਾ ਸੀਗੀਆਂ ਗੱਲ ਕਰਨ ਵਾਲੀਆਂ ਲੇਕਿਨ ਟਾਈਮ ਅਸੀਂ ਥੋੜ੍ਹਾ ਜਿਹਾ ਘੱਟ ਯੂਜ਼ ਕੀਤਾ ਅਤੇ ਜਿਨ੍ਹਾਂ ਦੇ ਬਾਅਦ ਚੋਂ ਫੋਨ ਵੀ ਆਏ ਹੋਏਗਾ ਉਹ ਥੋੜ੍ਹੀ ਕਲੈਰਿਟੀ ਉੱਪਰ ਮੰਗਦੇ ਸੀਗੇ ਜੀ ਜੀ ਮੈਂ ਸੋਚਿਆ ਸੀਗਾ ਕਿ ਅਸੀਂ ਇਸ ਵੀਕ ਇੱਦਾਂ ਗੱਲ ਕਰੀਏ ਕਿ ਜਿਹੜੀ ਜਿਹੜੀ ਸਕੀਮ ਵੀ ਹੈਗੀ ਆ ਅਸੀਂ ਉਹਦਾ ਪੂਰਾ ਨਾਂ ਲੈ ਕੇ ਕੌਣ ਕੁਆਲੀਫਾਈ ਕਰਦਾ ਹੈਗਾ ਆ ਉਹਦੇ ਵਿੱਚ ਕੀ ਸਪੋਰਟ ਮਿਲਦੀ ਹੈਗੀ ਆ ਤੇ ਅਸੀਂ ਕਿੱਥੋਂ ਲੈਣੀ ਹੈਗੀ ਆ ਬਿਲਕੁਲ ਅੱਜ ਆਪਣੇ ਕੋਲ ਖੁੱਲਾ ਸਮਾਂ ਜੀ ਹਾਂਜੀ ਅਸੀਂ ਥੋੜੀ ਅੱਜ ਹੌਲੀ ਗੱਲ ਕਰਕੇ ਸਾਰਿਆਂ ਨੂੰ ਸਮਝ ਆ ਜਾਏ ਕਿ ਸਪੋਰਟ ਕਿੱਥੋਂ ਮਿਲਦੀ ਪਈ ਆ ਜੀ ਵੈਸੇ ਤਾਂ ਜੋ ਅਸੀਂ ਅੱਜ ਮੂੰਹ ਜਵਾਨੀ ਕਹਿਣਾ ਹੈਗਾ ਉਹ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ
ਗੌਰਮੈਂਟ ਨੇ ਇੱਕ ਵੈਬਸਾਈਟ ਵੀ ਹੁਣ ਲਾ ਦਿੱਤੀ ਹੈਗੀ ਆ, ਉਹ ਬਹੁਤ ਸਿੰਪਲ ਹੈਗੀ ਆ ਵਰਤਣ ਲਈ। ਉਹਦੇ ਵਿੱਚ ਜਾ ਕੇ ਬਸ ਸਿੰਪਲ ਕੁਐਸਚਨ ਆਨਸਰ ਕਰਨੇ ਪੈਂਦੇ ਹੈਗੇ ਆ, ਤੇ ਉਹਦੀ ਐਂਡ ਤੇ ਜਾ ਕੇ ਜੋ ਜੋ ਸਪੋਰਟ ਸਕੀਮਾਂ ਹੈਗੀਆਂ ਨਾ ਉਹ ਇੱਕ ਪੇਜ ਦੇ ਵਿੱਚ ਸਮਰੀ ਆ ਜਾਂਦੀ ਹੈਗੀ ਆ। ਮੇਰੇ ਹਿਸਾਬ ਨਾਲ ਉਹ ਜਿਹੜੀ ਸਾਈਟ ਹੈਗੀ ਆ ਬੜੀ ਹੀ ਯੂਸਫੁਲ ਹੈਗੀ ਆ, ਕਿ ਜੇ ਤੁਸੀਂ ਬਿਜ਼ਨਸ ਵਿੱਚ ਹੈਗੇ ਆ, ਜੇ ਤੁਸੀਂ ਲਿਮਿਟਿਡ ਕੰਪਨੀ ਬਣਾ ਕੇ ਬਿਜ਼ਨਸ ਚਲਾਉਂਦੇ ਪਏ ਹੈਗੇ ਆ, ਤੇ ਜਾਂ ਤੁਸੀਂ ਸੈਲਫ ਇੰਪਲੋਇਡ ਹੈਗੇ ਆ ਜੀ, ਸੋ ਉਹਦੇ ਵਿੱਚ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਬਹੁਤ ਅੱਛੀਆਂ ਨੇ, ਤੇ ਜਿੱਥੋਂ ਵੀ ਸਪੋਰਟ ਮਿਲਦਾ ਹੈਗਾ ਉਹਨਾਂ ਦਾ ਵੀ ਲਿੰਕ ਨਾਲ ਦਿੱਤਾ ਗਿਆ ਹੋਇਆ ਹੈਗਾ ਆ। ਓਕੇ, ਵੈਰੀ ਗੁੱਡ। ਕਿਉਂਕਿ ਇਹ ਨਹੀਂ ਹੈਗਾ ਕਿ ਪਹਿਲਾਂ ਮੰਗਰ ਕੀ ਜਿਹੜੀ ਸਪੋਰਟ ਸੀਗੀ ਉਹ ਸਾਰੀ ਤਕਰੀਬਨ ਸੈਂਟਰਲ ਗੌਰਮੈਂਟ ਤੋਂ ਆ ਰਹੀ ਸੀਗੀ, ਸੈਂਟਰਲ ਗੌਰਮੈਂਟ ਹੀ ਡੀਲ ਕਰਦੀ ਪਈ ਸੀਗੀ। ਹੁਣ ਜਿਹੜਾ ਸਪੋਰਟ ਹੈਗਾ ਆ ਸੈਂਟਰਲ ਗੌਰਮੈਂਟ ਵੀ ਕਰਦੀ ਪਈ ਆ, ਲੋਕਲ ਗਵਰਨਮੈਂਟ ਵੀ ਕਰਦੀ ਪਈ ਹੈਗੀ ਆ, ਤੇ ਉਹਨਾਂ ਨੇ ਜਿੱਦਾਂ ਕਿ ਜਿਹੜਾ ਇਹਨਾਂ ਦਾ ਵਰਕਲੋਡ ਹੈਗਾ ਆ ਉਹ ਸਪਲਿਟ ਹੋਇਆ ਆ। ਕਈ ਵਾਰੀ ਬਿਜ਼ਨਸ ਨੂੰ ਪਤਾ ਨੀ ਲੱਗਦਾ ਪਿਆ ਕਿ ਉਹਨਾਂ ਨੂੰ ਪਤਾ ਕਿ ਸਪੋਰਟ ਤਾਂ ਹੈਗੀ ਆ, ਲੇਕਿਨ ਇਹ ਨੀ ਪਤਾ ਹੈਗਾ ਉਹ ਕਿੱਦਾਂ ਤੇ ਕਿੱਥੋਂ ਜਾ ਕੇ ਲੈਣੀ ਹੈਗੀ ਆ। ਬਿਲਕੁਲ, ਕਿਹੜੀ ਸਾਈਟ ਕੀ ਆ, ਉਸ ਸਾਈਟ ਦਾ ਨਾਮ ਕਿਹੜੀ ਸਾਈਟ ਹੈ? ਹਾਂਜੀ, ਅਸੀਂ ਜਦੋਂ ਆਹ ਪ੍ਰੋਗਰਾਮ ਖਤਮ ਹੋਊਗਾ ਮੈਂ ਤੈਨੂੰ ਦੱਸਿਆ ਸੀਗਾ ਕਿ ਇੱਕ ਅਸੀਂ ਹੈਲਪ ਸ਼ੀਟ ਜੀ ਬਣਾਈ ਹੈਗੀ ਆ, ਉਹ ਤੁਸੀਂ ਆਪਣੀ ਯੂਟਿਊਬ ਚੈਨਲ ਤੇ ਪਾ ਸਕਦੇ ਆ। ਹਾਂਜੀ, ਅਸੀਂ ਸਾਰੀਆਂ ਸਕੀਮਾਂ ਦੇ ਨਾਮ ਤੇ ਉਹ ਜਿਹੜੀ ਵੈਬਸਾਈਟ ਤੇ ਅਸੀਂ ਹੁਣ ਗੱਲ ਕੀਤੀ ਹੈਗੀ ਆ ਉਹਦੀ ਡੀਟੇਲਸ ਪਾ ਕੇ ਜੀ ਜਿਹੜੇ ਵੀ ਲਿਸਨਰਸ ਹੈਗੇ ਨੇ ਜਿਹਨਾਂ ਨੂੰ ਮਦਦ ਚਾਹੀਦੀ ਹੈਗੀ ਆ ਉੱਥੋਂ ਲੈ ਸਕਦੇ ਨੇ। ਬਿਲਕੁਲ ਅਸ਼ਵਨੀ ਰਿਸ਼ੀ ਜੀ, ਮੈਂ ਇੱਥੇ ਇਹ ਵੀ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਆਪਣੀ ਜਿਹੜੀ ਪਿਛਲੇ ਹਫ਼ਤੇ ਦੀ ਗੱਲਬਾਤ ਹੈ ਉਹਦਾ ਨਾਂ ਰੱਖਿਆ ਜਾਵੇਗਾ ਜਾਣਕਾਰੀ ਪਾਰਟ 1, ਤੇ ਇਹ ਹੋਵੇਗੀ ਜਾਣਕਾਰੀ ਪਾਰਟ 2 ਰੇਡੀਓ 5 ਦੇ ਯੂਟਿਊਬ ਚੈਨਲ ਦੇ ਉੱਤੇ ਕੱਲ੍ਹ ਨੂੰ ਅਪਲੋਡ ਹੋ ਜਾਵੇਗੀ ਬਾਅਦ ਵਿੱਚ ਵੀ, ਅਤੇ ਕੱਲ੍ਹ ਨੂੰ ਆਪਾਂ ਰੀਪਲੇ ਵੀ ਕਰ ਸਕਦੇ ਹਾਂ ਤਾਂ ਕਿ ਵੱਧ ਤੋਂ ਵੱਧ ਫਾਇਦਾ ਲੈ ਸਕਣ ਰੇਡੀਓ 5 ਦੇ ਪਰਿਵਾਰ, ਰੇਡੀਓ 5 ਦੇ ਸਰੋਤੇ ਜੀ। ਹਾਂਜੀ, ਠੀਕ ਹੈ ਜੀ। ਅਸੀਂ ਜਿੱਦਾਂ ਪਿਛਲੀ ਵੀ ਗੱਲਬਾਤ ਕੀਤੀ ਸੀਗੀ ਕਿ ਜਿਹੜੇ ਆਪਣੇ ਰੇਡੀਓ ਸਟੇਸ਼ਨ ਨੂੰ ਸੁਣਦੇ ਹੈਗੇ ਨੇ ਉਹ ਛੋਟੇ ਬਿਜ਼ਨਸ ਨੇ, ਜ਼ਿਆਦਾ ਵੱਡੇ ਬਿਜ਼ਨਸ ਨਹੀਂ ਹੈਗੇ, ਜਿਹੜੇ ਆਮ ਬਿਜ਼ਨਸ ਨੂੰ ਅਸੀਂ ਕਹਿੰਦੇ ਹੈਗੇ ਹਾਂ ਜੀ। 1-5 ਤੱਕ ਉਹਨਾਂ ਕੋਲ ਇੰਪਲੋਈਜ਼ ਹੈਗੇ ਆ, ਜਾਂ ਉਹ ਆਪ ਸੈਲਫ ਇੰਪਲੋਇਡ ਹੈਗੇ ਆ, ਜਾਂ ਲੈਂਡਲੋਰਡਸ ਹੈਗੇ ਆ, ਤੇ ਜਾਂ ਥੋੜੇ ਜਿਹੇ ਵੱਡੇ ਬਿਜ਼ਨਸ ਜਿੱਦਾਂ ਪਬਸ ਵਗੈਰਾ ਚਲਾਉਂਦੇ, ਹੋਟਲਸ ਵਗੈਰਾ ਚਲਾਉਂਦੇ, ਉਹਨਾਂ ਦੇ ਵਿੱਚ ਜੀ ਕਈ ਸਕੀਮਾਂ ਹੈਗੀਆਂ ਕਿ ਬਿਜ਼ਨਸ ਜਿਹਨਾਂ ਦਾ ਟਰਨਓਵਰ 45 million ਤੋਂ ਜ਼ਿਆਦਾ ਹੈਗਾ ਆ, ਅਸੀਂ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਨਹੀਂ ਲਿਆਉਣਾ ਹੈਗਾ, ਉਹ ਸਪੈਸ਼ਲਿਸਟ ਜਾਂ ਟੋਪਿਕ ਬਣ ਜਾਂਦਾ ਹੈਗਾ ਆ ਜੀ ਜੀ। ਸੋ ਪਹਿਲਾਂ ਤਾਂ ਅਸੀਂ ਗੱਲਬਾਤ ਕਰਦੇ ਹੈਗੇ ਆ ਜਿਹੜੀਆਂ ਅੱਜ ਕੱਲ ਗ੍ਰਾਂਟਾਂ ਮਿਲਦੀਆਂ ਪਈਆਂ। ਹਾਂਜੀ, ਗ੍ਰਾਂਟਾਂ ਇੱਦਾਂ ਹੁੰਦੀਆਂ ਹੈਗੀਆਂ, ਜਿਹੜੀ ਗ੍ਰਾਂਟ ਹੈਗੀ ਆ ਜਦੋਂ ਅਸੀਂ ਕੁਆਲੀਫਾਈ ਕਰ ਜਾਂਦੇ ਹੈਗੇ ਆ ਤੇ ਸਾਨੂੰ ਮਿਲ ਜਾਂਦੀ ਹੈਗੀ ਆ, ਉਹ ਪੈਸੇ ਇੱਦਾਂ ਹੁੰਦੇ ਆ ਕਿ ਉਹ ਵਾਪਸ ਨਹੀਂ ਕਰਨੇ ਪੈਂਦੇ ਆ ਜੀ, ਇੱਕ ਵਾਰ ਜਦੋਂ ਮਿਲ ਗਏ ਉਹ ਆਪਣੇ ਆ। ਲੇਕਿਨ ਜ਼ਰੂਰ ਆ ਕਿ ਬਿਜ਼ਨਸ ਨੂੰ ਜਦੋਂ ਉਹਨਾਂ ਨੇ ਅਗਲੀ ਆਪਣੀ ਟੈਕਸ ਰਿਟਰਨਾਂ ਬਣਾਉਣੀਆਂ ਹੈਗੀਆਂ ਉਹਨੂੰ ਇਨਕਮ ਗਿਣਿਆ ਜਾਂਦਾ ਹੈਗਾ ਤੇ ਉਹਨਾਂ ਤੇ ਟੈਕਸ ਵੀ ਲੱਗਦਾ ਹੈਗਾ ਆ ਜੀ। ਤੇ ਜਿਹੜੀਆਂ ਹੁਣ ਮੇਨ ਗ੍ਰਾਂਟਾਂ ਰਹਿ ਗਈਆਂ ਹੈਗੀਆਂ ਆ ਉਹ ਤਕਰੀਬਨ 2 ਸਕੀਮਾਂ ਦੇ ਵਿੱਚ ਆ ਜਾਂਦੀਆਂ ਹੈਗੀਆਂ ਆ, ਤੇ ਇਹ ਜਿਹੜੀਆਂ ਸਕੀਮਾਂ ਦੋਨੋਂ ਹੈਗੀਆਂ ਆ ਇਹ ਤੁਹਾਡੇ ਲੋਕਲ ਕਾਉਂਸਲ ਜਿਹੜਾ ਹੈਗਾ ਆ ਜਿੱਥੇ ਤੁਸੀਂ ਆਪਣੇ ਬਿਜ਼ਨਸ ਰੇਟਸ ਪੇ ਕਰਦੇ ਹੈਗੇ ਆ ਤੁਸੀਂ ਉਹਨਾਂ ਥਾਣੀ ਲੈਣੀ ਹੈਗੀ ਆ। ਤੇ ਜਿਹੜੀ ਪਹਿਲੀ ਗ੍ਰਾਂਟ ਸਕੀਮ ਹੈਗੀ ਆ ਉਹਦਾ ਨਾਮ ਹੈਗਾ ਆ ਲੋਕਲ ਰਿਸਟ੍ਰਿਕਸ਼ਨ ਸਪੋਰਟ ਗ੍ਰਾਂਟ, ਲੋਕਲ ਰਿਸਟ੍ਰਿਕਸ਼ਨ ਸਪੋਰਟ ਗ੍ਰਾਂਟ, ਸਪੋਰਟ ਗ੍ਰਾਂਟ ਯੈਸ। ਇਹਦਾ ਨਾਂ ਇੱਦਾਂ ਦੱਸਦਾ ਹੈਗਾ ਲੋਕਲ ਮਤਲਬ ਕਿ ਆਪਣੇ ਏਰੀਏ ਦੇ ਵਿੱਚ ਸਾਨੂੰ ਕੀ ਰਿਸਟ੍ਰਿਕਸ਼ਨ ਆਈਆਂ ਹੋਈਆਂ ਆ ਜੀ। ਜਗ੍ਹਾ ਜਗ੍ਹਾ ਕੰਟਰੀ ਦੇ ਵਿੱਚ ਪਹਿਲਾਂ ਉਹਨਾਂ ਨੇ ਕਾਫੀ ਟੀਅਰ ਬਣਾਏ ਸੀਗੇ, ਟੀਅਰ 2 ਸੀਗਾ, ਟੀਅਰ 3 ਸੀਗਾ, ਟੀਅਰ 4 ਸੀਗਾ। ਤੇ ਜਿਹੜੀ ਗ੍ਰਾਂਟ ਮਿਲਦੀ ਸੀਗੀ ਉਹ ਡਿਪੈਂਡ ਕਰਦਾ ਸੀਗਾ ਕਿ ਤੁਸੀਂ ਕਿਹੜੀ ਟੀਅਰ ਦੇ ਵਿੱਚ ਸੀਗੇ ਉਸ ਵਕਤ ਜੀ। ਹੁਣ ਤਾਂ ਤਕਰੀਬਨ ਅਸੀਂ ਨੈਸ਼ਨਲ ਲੋਕਡਾਊਨ ਦੇ ਵਿੱਚ ਹੀ ਹੈਗੇ ਹਾਂ, ਸੋ ਤਕਰੀਬਨ ਸਾਰੇ ਵੱਡੇ ਟੀਅਰ ਦੇ ਵਿੱਚ ਹੈਗੇ ਆ, ਲੇਕਿਨ ਪਹਿਲਾਂ ਬਿਜ਼ਨਸਿਸ ਟੀਅਰ 2 ਦੇ ਵਿੱਚ ਵੀ ਸੀਗੇ ਤੇ ਟੀਅਰ 3 ਵਿੱਚ ਵੀ ਸੀਗੇ ਜੀ। ਸੋ ਉਸ ਵਕਤ ਗੌਰਮੈਂਟ ਨੇ ਅਨਾਊਂਸ ਕੀਤਾ ਸੀਗਾ ਕਿ ਜਿਹੜੇ ਬਿਜ਼ਨਸਿਸ ਨੂੰ ਆਪਣੇ ਬਿਜ਼ਨਸ ਬੰਦ ਕਰਨੇ ਪੈ ਰਹੇ ਨੇ ਕਿਉਂਕਿ ਅਸੀਂ ਕਿਹਾ ਹੈਗਾ ਕਿ ਤੁਹਾਨੂੰ ਬੰਦ ਕਰਨੇ ਪੈਣੇ ਆ, ਮਤਲਬ ਕਿ ਗਵਰਨਮੈਂਟ ਕਲੋਜ਼ ਵੀ ਹੋ ਗਿਆ, ਠੀਕ ਹੈ ਜੀ। ਉਹਨਾਂ ਨੂੰ ਗ੍ਰਾਂਟ ਮਿਲਦੀ ਸੀਗੀ ਜਿਹੜੀ ਪਹਿਲੀ ਗ੍ਰਾਂਟ ਸੀਗੀ ਉਹ 5 November 2020 ਤੋਂ ਸ਼ੁਰੂ ਹੋਈ ਸੀਗੀ ਤੇ ਉਹ 2 December 2020 ਤੱਕ ਜਾਣੀ ਸੀਗੀ, ਠੀਕ ਹੈ ਜੀ। ਉਹ ਗ੍ਰਾਂਟ ਤੁਸੀਂ ਆਪਣੇ ਲੋਕਲ ਕਾਉਂਸਲ ਤੋਂ ਲੈਣੀ ਸੀਗੀ ਜਿਹਨਾਂ ਨੂੰ ਤੁਸੀਂ ਆਪਣੇ ਰੇਟਸ ਦਿੰਦੇ ਹੈਗੇ ਆ ਜੀ। ਤੇ ਜਿਹੜਾ ਅਮਾਊਂਟ ਆਫ ਗ੍ਰਾਂਟ ਸੀਗਾ ਉਹ ਵੀ ਡਿਪੈਂਡ ਕਰਦਾ ਸੀਗਾ ਕਿ ਆਪਣੇ ਰੇਟਸ ਕਿੰਨੇ ਹੈਗੇ ਆ। ਉਹਦੇ 3 bands ਬਣੇ ਹੋਏ ਸੀਗੇ, 3 bands ਮਤਲਬ ਕਿ ਜਿਹਨੇ ਰੇਟਸ ਦੀ ਵੈਲਿਊ 15,000 ਤੋਂ ਘੱਟ ਹੈਗੀ ਆ, 15,000 ਤੋਂ 51,000 ਤੱਕ ਹੈਗੀ ਆ,
ਤੇ ਫਿਰ ਜਿਹੜੇ ਸੀਗੇ ਜਿਨ੍ਹਾਂ ਦੀ 51,000 ਤੋਂ ਜ਼ਿਆਦਾ ਰੇਟ ਸੀਗੇ। ਅਸ਼ਵਨੀ ਜੀ ਜਿਹੜੇ ਇਹ ਕੌਂਸਲ ਰੇਟਸ ਜਿਹੜੇ ਆ ਇਹ ਇੱਕ ਹੁੰਦੀ ਪੇਵਲ ਵੈਲਿਊ ਇੱਕ ਹੁੰਦੀ ਆ ਰੇਟੇਬਲ ਵੈਲਿਊ, ਇਹ ਕਿਹੜੀ ਵੈਲਿਊ ਹੁੰਦੀ ਆ ਰੇਟੇਬਲ ਵੈਲਿਊ ਜਾਂ ਪੇਵਲ? ਰੇਟੇਬਲ ਵੈਲਿਊ ਤੇ ਚੱਲਦੇ ਹੈਗੇ ਆ ਜੀ। ਜੀ ਠੀਕ ਹੈ ਜੀ। ਵੀ ਜਿਹੜੀ ਪੇ ਹੁੰਦੀ ਆ ਕਿ ਮੋਸਟ ਬਿਜ਼ਨੈਸਿਸ ਜਿਹੜੇ 15,000 ਤੋਂ ਘੱਟ ਹੈਗੀ ਆ ਰੇਟੇਬਲ ਵੈਲਿਊ, ਹਾਂਜੀ ਠੀਕ ਹੈ ਜੀ, ਉਹਨਾਂ ਨੂੰ ਐਕਚੁਅਲੀ ਬਿਜ਼ਨੈਸ ਰੇਟਸ ਮਾਫ ਹੈਗੇ ਨੇ। ਹਾਂਜੀ, ਉਹਨੂੰ ਲੋਕਲ ਬਿਜ਼ਨਸ ਬਿਜ਼ਨਸ ਰੇਟਸ ਰਿਲੀਫ ਸਕੀਮ ਦੇ ਵਿੱਚ ਉਹਨਾਂ ਨੂੰ ਰੇਟਸ ਨਹੀਂ ਦੇਣੇ ਪੈਂਦੇ। ਹਾਂਜੀ, ਸਾਡੇ ਐਕਸਪੀਰੀਅੰਸ ਵਿੱਚ ਹੈਗਾ ਕਿ ਕਾਫੀ ਬਿਜ਼ਨੈਸਿਸ ਹੈਗੇ ਆ ਜਿਨ੍ਹਾਂ ਨੇ ਇਹ ਕਦੇ ਕਲੇਮ ਹੀ ਨਹੀਂ ਕੀਤੀ ਹੈਗੀ। ਠੀਕ ਹੈ ਜੀ, ਕਿਉਂਕਿ ਇਹ ਆਟੋਮੈਟਿਕ ਨਹੀਂ ਹੈਗੀ, ਇਹ ਕਲੇਮ ਕਰਨੀ ਪੈਂਦੀ ਹੈ। ਇੱਕ ਛੋਟਾ ਜਿਹਾ ਫਾਰਮ ਹੈਗਾ ਹਰੇਕ ਕਾਉਂਸਲਸ ਕੋਲ ਹੁੰਦਾ ਹੈਗਾ, ਆਨਲਾਈਨ ਹੀ ਹੁੰਦਾ, ਉਹ ਜਾ ਕੇ ਭਰਨਾ ਪੈਂਦਾ ਤੇ ਡੈਕਲਰੇਸ਼ਨ ਦੇਣੀ ਪੈਂਦੀ ਹੈਗੀ ਆ। ਜੇ ਹਜੇ ਵੀ ਕੋਈ ਬਿਜ਼ਨੈਸਿਸ ਹੈਗੇ ਜਿਨ੍ਹਾਂ ਨੇ ਇਹ ਸਮਾਲ ਬਿਜ਼ਨਸ ਰੇਟਸ ਰਿਲੀਫ ਨਹੀਂ ਕਲੇਮ ਕੀਤੀ ਹੈਗੀ, ਇਹ ਹਜੇ ਵੀ ਕਰ ਸਕਦੇ ਆ, ਤੇ ਇਹ ਤਕਰੀਬਨ 5 ਸਾਲ ਪਿੱਛੇ ਤੱਕ ਜਾਂਦੇ ਹੈਗੇ ਆ। ਜੇ ਤੁਸੀਂ ਰੇਟ ਦਿੰਦੇ ਰਹੇ ਹੈਗੇ ਆ ਤੇ ਤੁਹਾਨੂੰ ਜ਼ਰੂਰਤ ਨਹੀਂ ਸੀਗੀ, ਤੁਹਾਨੂੰ ਜਿਹੜੇ ਪਿਛਲੇ 4-5 ਸਾਲ ਦੇ ਰੇਟਸ ਵੀ ਹੈਗੇ ਆ ਨਾ, ਉਹ ਵੀ ਤੁਹਾਨੂੰ ਵਾਪਸ ਮਿਲ ਸਕਦੇ ਹੈਗੇ ਆ, ਅਸੀਂ ਵੀ ਕੁਆਲੀਫਾਈ ਕਰਦੇ ਆ ਕਿ ਉਹ ਵਾਪਸ ਆਉਂਦੇ ਹੈਗੇ ਆ। ਠੀਕ ਹੈ ਜੀ, ਤੇ ਇਹ ਰੇਟੇਬਲ ਵੈਲਿਊ ਦੇ ਤੌਰ ਤੇ ਆ ਜੀ। ਤੇ ਰੇਟੇਬਲ ਵੈਲਿਊ ਦੇ ਵਿੱਚ ਏਦਾਂ ਹੈ ਕੀ ਆ ਕਿ ਜਿਹਨਾਂ ਦੇ ਬਿਜ਼ਨਸ ਰੇਟਸ 15,000 ਤੋਂ ਘੱਟ ਸੀਗੇ ਉਹਨਾਂ ਨੂੰ ਪਹਿਲਾਂ 1,344 ਪਾਉਂਡ ਮਿਲਦੇ ਪਏ ਸੀਗੇ ਜੀ, ਜਿਨ੍ਹਾਂ ਦੇ ਵਿੱਚ ਗੱਬੇ ਜੇ ਆ ਜਾਂਦੇ ਸੀਗੇ ਉਹਨਾਂ ਨੂੰ ਤਕਰੀਬਨ 3,000 ਮਿਲਦਾ ਪਿਆ ਸੀਗਾ, ਸੋਰੀ 2,000 ਮਿਲਦਾ ਪਿਆ ਸੀਗਾ, ਜਿਹੜੇ ਉਸ ਤੋਂ ਜ਼ਿਆਦਾ ਸੀਗੇ ਉਹਨਾਂ ਨੂੰ 3,000 ਪਾਉਂਡ ਮਿਲਦਾ ਪਿਆ ਸੀਗਾ। ਲੇਕਿਨ ਉਹ ਤਾਂ ਮਿਲਦਾ ਸੀਗਾ ਕਿ ਜੇ ਤੁਸੀਂ 28 ਦਿਨ ਬੰਦ ਰਹੇ ਹੈਗੇ ਆ। ਅੱਛਾ ਜੀ, ਜੇ ਤੁਸੀਂ 15 ਦਿਨ ਬੰਦ ਰਹੇ ਆ, 27 ਦਿਨ ਬੰਦ ਰਹੇ ਹੈਗੇ ਆ, ਤੁਸੀਂ ਫਿਰ ਕੁਆਲੀਫਾਈ ਨਹੀਂ ਕਰਦੇ ਹੈਗੇ। ਇਹ ਪੂਰੇ 28 ਦਿਨ ਜਿਹੜਾ ਕੁਆਲੀਫਾਈਂਗ ਰਿਸਟ੍ਰਿਕਸ਼ਨ ਪੀਰੀਅਡ ਕਹਿੰਦੇ ਹੈਗੇ ਆ, ਇਹਦੇ ਲਈ ਤੁਹਾਨੂੰ ਕੁਆਲੀਫਾਈ ਕਰਨਾ ਪੈਣਾ ਹੈਗਾ ਆ ਜੀ। ਸੋ ਜਿੱਦਾਂ ਮੈਂ ਪਹਿਲਾਂ ਕਿਹਾ, ਇਹ ਪਹਿਲਾਂ ਕੀਤਾ ਗਿਆ ਸੀ 5 ਨਵੰਬਰ 2020 ਤੋਂ ਲੈ ਕੇ 2 ਦਸੰਬਰ 2020 ਤੱਕ। ਫਿਰ ਜਦੋਂ ਪ੍ਰੋਬਲਮ ਜਿਹੜੀ ਕੋਰੋਨਾ ਵਾਇਰਸ ਦੀ ਵੱਧ ਗਈ ਤੇ ਗੌਰਮੈਂਟ ਨੂੰ ਇਹ 5 ਜਨਵਰੀ 2021 ਨੂੰ ਇਹ ਸਕੀਮ ਨੂੰ ਐਕਸਟੈਂਡ ਕਰ ਦਿੱਤਾ ਸੀਗਾ, ਤੇ ਹੁਣ ਇਹ ਸਕੀਮ ਜਿਹੜੀ ਹੈਗੀ ਹੈ ਹਜੇ ਵੀ ਚੱਲਦੀ ਪਈ ਹੈਗੀ ਆ। ਕਦੋਂ ਐਂਡ ਤਾਂ ਐਂਡ ਕਦੋਂ ਹੋਣੀ ਜੀ? ਇਹਦਾ ਐਂਡ ਜਿਹੜਾ ਹੈਗਾ ਆ ਇਹ ਤਕਰੀਬਨ ਹਜੇ ਸਾਡੇ ਹਿਸਾਬ ਨਾਲ ਇਹ 30-31 ਮਾਰਚ ਤੱਕ ਚੱਲਣਾ ਹੈਗਾ ਆ ਜੀ, ਕਿਉਂਕਿ ਹੁਣ ਜਿਹੜੀ ਰਿਸਟ੍ਰਿਕਸ਼ਨ ਹੈਗੀ ਆ 15 ਫਰਵਰੀ ਤੱਕ ਇਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤੀ ਹੈਗੀ ਆ ਜੀ। ਤੇ ਜਿਹੜੀ ਜਾਣਕਾਰੀ ਥੋੜੀ ਜਿਹੀ ਆ ਰਹੀ ਹੈਗੀ ਆ ਕਿ ਅੱਗੇ ਜਾ ਕੇ ਐਕਸਟੈਂਡ ਵੀ ਹੋ ਸਕਦੀ ਆ ਜੀ। ਸੋ ਇਹ ਹੈਗਾ ਕਿ ਜਿੱਦਾਂ ਜਿੱਦਾਂ 28 ਦਿਨ ਪੂਰੇ ਹੋਈ ਜਾਂਦੇ ਪਏ ਹੈਗੇ ਆ, ਤੁਸੀਂ ਇਹਨੂੰ ਕਲੇਮ ਕੀਤੀ ਜਾਂਦੇ ਆ, ਜਦੋਂ ਤੱਕ ਗੌਰਮੈਂਟ ਇਹ ਨਹੀਂ ਕਹਿੰਦੀ ਕਿ ਨੋਰਮਲ ਹੋ ਗਿਆ ਤੇ ਤੁਸੀਂ ਦੁਕਾਨਾਂ ਵਗੈਰਾ ਖੋਲ ਸਕਦੇ ਹੈਗੇ ਆ, ਬਿਜ਼ਨੈਸਿਸ ਖੋਲ ਸਕਦੇ ਹੈਗੇ ਆ ਜੀ। ਸੋ ਹਜੇ ਜਿੰਨੇ 28 ਦਿਨ ਪੂਰੇ ਹੋਈ ਜਾਂਦੇ ਪਏ ਹੈਗੇ ਆ, ਤੁਸੀਂ ਇਹਨੂੰ ਕਲੇਮ ਕਰ ਸਕਦੇ ਪਏ ਆ ਜੀ ਜੀ। ਠੀਕ ਹੈ ਜੀ ਜੀ, ਬਿਲਕੁਲ। ਇਹ ਹੈਗੀ ਜਿਹੜੀ ਲੋਕਲ ਰਿਸਟ੍ਰਿਕਸ਼ਨ ਸਪੋਰਟ ਗ੍ਰਾਂਟ, ਇਹ ਕਾਉਂਸਲ ਤੋਂ ਲੈਣੀ ਪੈਣੀ ਹੈਗੀ ਆ, ਤੇ ਆਪਣੇ ਜਿੱਥੇ ਵੀ ਤੁਸੀਂ ਬਿਜ਼ਨਸ ਰੇਟ ਦੇ ਰਹੇ ਆ ਉਹਨਾਂ ਤੋਂ ਲੈਣੀ ਹੈ ਜੀ। ਕਈ ਬਿਜ਼ਨਸਿਸ ਇਹ ਹੈਗੇ ਆ ਕਿ ਜਿਹੜੇ ਜਿੱਦਾਂ ਹੋਸਪਿਟੈਲਿਟੀ ਵਿੱਚ ਨਹੀਂ ਆਉਂਦੇ, ਦੁਕਾਨਦਾਰੀ ਵਿੱਚ ਨਹੀਂ ਆਉਂਦੇ, ਤੇ ਉਹ ਰੇਟਸ ਵੀ ਨਹੀਂ ਦੇ ਰਹੇ ਕਿਉਂਕਿ ਉਹਨਾਂ ਕੋਲ ਬਿਜ਼ਨਸ ਪ੍ਰੈਮਿਸਿਸ ਨਹੀਂ ਹੈਗੀਆਂ। ਹਾਂਜੀ ਠੀਕ ਹੈ ਜੀ ਜੀ। ਉਹਨਾਂ ਦੇ ਲਈ ਗੌਰਮੈਂਟ ਨੇ ਅਨਾਉਂਸ ਕੀਤਾ ਸੀਗਾ ਇੱਕ ਹੋਰ ਸਕੀਮ ਹੈਗੀ ਆ ਜਿਹਦਾ ਨਾਮ ਹੈਗਾ ਆ ਅਡੀਸ਼ਨਲ ਰਿਸਟ੍ਰਿਕਸ਼ਨਸ ਗ੍ਰਾਂਟ। ਅਡੀਸ਼ਨਲ, ਹਾਂਜੀ। ਸੋ ਲੋਕਲ ਰਿਸਟ੍ਰਿਕਸ਼ਨ ਸਪੋਰਟ ਜਿਹੜੀ ਪਹਿਲਾਂ ਗੱਲ ਕੀਤੀ ਹੈਗੀ ਆ, ਅਡੀਸ਼ਨਲ ਰਿਸਟ੍ਰਿਕਸ਼ਨਸ ਗ੍ਰਾਂਟ ਹੈਗੀ ਆ ਕਿ ਜਿਹੜੇ ਬਿਜ਼ਨਸ ਕੋਲ ਪ੍ਰੈਮਿਸਿਸ ਵਗੈਰਾ ਨਹੀਂ ਹੈਗੇ ਲੇਕਿਨ ਉਹਨਾਂ ਨੂੰ ਇਫੈਕਟ ਪਿਆ ਹੋਇਆ ਹੈਗਾ ਆ, ਉਹ ਕਾਉਂਸਲ ਦੀ ਵੈਬਸਾਈਟ ਜਾ ਕੇ ਉਹਨਾਂ ਨੂੰ ਕੁਐਸਚਨਰ ਭਰਨਾ ਪੈਂਦਾ ਹੈਗਾ, ਤੇ ਉਹਨਾਂ ਨੂੰ ਉਹਦੇ ਵਿੱਚੋਂ ਕਾਉਂਸਲ ਗ੍ਰਾਂਟ ਜੇ ਚਾਹੇ ਹਾਂਜੀ ਦੇ ਸਕਦੀ ਆ। ਸੋ ਇਹ ਤਕਰੀਬਨ ਕਾਉਂਸਲ ਦੀ ਡਿਸਕ੍ਰੈਸ਼ਨ ਤੇ ਆ, ਮਤਲਬ ਕਿ ਜੇ ਉਹ ਚਾਹੁੰਦੇ ਆ ਕਿ ਅਸੀਂ ਇਸ ਟਾਈਪ ਬਿਜ਼ਨਸ ਨੂੰ ਸਪੋਰਟ ਕਰਨਾ ਹੈਗਾ ਆ ਤੇ ਅਸੀਂ ਸਪੋਰਟ ਕਰ ਸਕਦੇ ਹਾਂ ਜੀ, ਤੇ ਇਹਦੇ ਵਿੱਚ ਤਕਰੀਬਨ ਤੁਹਾਨੂੰ 3,000 ਤੱਕ ਮਿਲ ਸਕਦਾ ਹੈਗਾ ਆ ਜੀ ਜੀ। ਠੀਕ ਹੈ ਜੀ, ਇਹ ਵਨ ਆਫ ਪੇਮੈਂਟ ਆ, ਇਹ ਨਹੀਂ ਕਿ ਹਰ ਮਹੀਨੇ ਮਿਲੀ ਜਾਣੀ ਹੈਗੀ ਆ। ਠੀਕ ਹੈ ਠੀਕ ਹੈ ਜੀ ਬਿਲਕੁਲ। ਇਹਦੇ ਵਿੱਚ ਏਦਾਂ ਵੀ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਕਿੱਦਾਂ ਦਾ ਬਿਜ਼ਨਸ ਕਰਦੇ ਹੈਗੇ ਆ। ਠੀਕ ਹੈ, ਜਿੱਦਾਂ ਬਾਕੀਆਂ ਦੇ ਵਿੱਚ ਰੀਟੇਲ ਆ, ਹੋਸਪਿਟੈਲਿਟੀ ਆ, ਲੈਜਰ ਆ, ਹਾਂਜੀ ਠੀਕ ਹੈ ਹਾਂਜੀ। ਬਟ ਇਹਨਾਂ ਦੇ ਵਿੱਚ ਬਿਜ਼ਨਸ ਆ ਕਿ ਜਿਹਨਾਂ ਕੋਲ ਐਕਚੁਅਲੀ ਰੇਟੇਬਲ ਪ੍ਰੈਮਿਸਿਸ ਨਹੀਂ ਹੈਗੀ, ਲੇਕਿਨ ਉਹ ਓਕੇ ਠੀਕ ਹੈ ਠੀਕ ਹੈ ਜੀ। ਇਹਦੇ ਨਾਲ ਕਿ ਐਡੀਸ਼ਨਲ ਗ੍ਰਾਂਟ
ਐਡੀਸ਼ਨਲ ਜੀ ਰੈਸਟ੍ਰਿਕਸ਼ਨਸ ਗ੍ਰਾਂਟ ਰੈਸਟ੍ਰਿਕਸ਼ਨ ਗ੍ਰਾਂਟ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਜੀ ਸੋ ਜਿਹੜੇ ਐਟ ਦ ਮੂਮੈਂਟ ਦੋ ਮੇਨ ਗ੍ਰਾਂਟ ਸਪੋਰਟਸ ਹੈਗੀਆਂ ਆ ਇਹੀ ਆ ਇਸ ਤੋਂ ਇਲਾਵਾ ਕਾਫੀ ਹੋਰ ਚੀਜ਼ਾਂ ਹੈਗੀਆਂ ਜਿਹੜੀਆਂ ਡਿਜ਼ਾਈਨ ਕੀਤੀਆਂ ਗਈਆਂ ਹੈਗੀਆਂ ਆ ਬਿਜ਼ਨੈਸਿਸ ਲਈ ਇਹ ਅਸੀਂ ਕਈ ਜਿਹੜੀਆਂ ਹੈਗੀਆਂ ਪਹਿਲਾਂ ਵੀ ਕਵਰ ਕਰ ਚੁੱਕੇ ਹੈਗੇ ਆ ਬਟ ਅੱਜ ਫੇਰ ਵੀ ਸਾਰਿਆਂ ਨੂੰ ਥੋੜੀ ਰਿਫਰੈਸ਼ ਕਰ ਦਿੰਦੇ ਹਾਂ ਬਿਲਕੁਲ ਠੀਕ ਹੈ ਜੀ ਜਿਹਨਾਂ ਦੇ ਬਿਜ਼ਨਸ ਦੇ ਵਿੱਚ ਇੰਪਲੋਈ ਹੈਗੇ ਆ ਉਹ ਇੰਪਲੋਈਜ ਨੂੰ ਉਹਨਾਂ ਨੇ ਫਰਲੋ ਕੀਤਾ ਹੋਇਆ ਹੈਗਾ ਆ ਹਾਂਜੀ ਫਰਲੋ ਦਾ ਮਤਲਬ ਇਹ ਹੈਗਾ ਕਿ ਅਸੀਂ ਤੁਹਾਨੂੰ ਨੌਕਰੀ ਤੋਂ ਕੱਢਿਆ ਨਹੀਂ ਗਿਆ ਹੈਗਾ ਤੁਸੀਂ ਸਿੱਕ ਨਹੀਂ ਹੈਗੇ ਬਟ ਸਾਡੇ ਕੋਲ ਐਟ ਦ ਮੂਮੈਂਟ ਤੁਹਾਡੇ ਲਈ ਕੰਮ ਹੈ ਨਹੀਂ ਤੁਹਾਨੂੰ ਅਸੀਂ ਫਰਲੋ ਸਕੀਮ ਦੇ ਵਿੱਚ ਪਾ ਰਹੇ ਹਾਂ ਹਾਂਜੀ ਜਿਹੜੀ ਹੁਣ ਫਰਲੋ ਸਕੀਮ ਚੱਲਦੀ ਪਈ ਹੈਗੀ ਆ ਇਹਦੇ ਵਿੱਚ 80% ਤਨਖਾਹ ਤੁਹਾਨੂੰ ਮਿਲਣੀ ਹੈਗੀ ਆ ਲੇਕਿਨ ਮੈਕਸੀਮਮ ਉਹਦਾ ਹੈਗਾ 2500 ਪੌਂਡ ਮਹੀਨੇ ਦਾ ਜੀ ਓਕੇ ਸੋ ਇਹਦੇ ਲਈ ਤੁਸੀਂ ਕੰਮ ਨਹੀਂ ਕਰਦੇ ਪਏ ਘਰ ਤਕਰੀਬਨ ਐਟ ਹੋਮ ਹੀ ਹੈਗੇ ਆ ਬਟ ਗੌਰਮੈਂਟ ਸਪੋਰਟ ਕਰਦੀ ਪਈ ਆ ਕਿ 80% ਤੁਹਾਡੀ ਤਨਖਾਹ ਜਿਹੜੀ ਹੈਗੀ ਆ ਉਹ ਸਪੋਰਟ ਕਰਦੀ ਹੈਗੀ ਆ ਤੁਹਾਡੇ ਇੰਪਲੋਇਰ ਨੂੰ ਦਿੰਦੀ ਹੈਗੀ ਆ ਜਿਹੜੇ ਤੁਹਾਨੂੰ ਪੇ ਕਰਦੇ ਹੈਗੇ ਆ ਜੀ ਇਸ ਸਕੀਮ ਦਾ ਨਾਮ ਹੈਗਾ ਆ ਕੋਰੋਨਾ ਵਾਇਰਸ ਜੋਬ ਰਿਟੈਂਸ਼ਨ ਸਕੀਮ ਠੀਕ ਹੈ ਇਹਦੇ ਵਿੱਚ ਇਹ ਨਹੀਂ ਹੈਗਾ ਕਿ ਤੁਸੀਂ ਜਿਹੜਾ ਬਿਜ਼ਨਸ ਹੈਗਾ ਆ ਉਹ ਲਿਮਿਟਿਡ ਕੰਪਨੀ ਹੈਗੀ ਆ ਜਾਂ ਤੁਹਾਡੇ ਕੋਲ ਸੈਲਫ ਇੰਪਲੋਇਮੈਂਟ ਬਿਜ਼ਨਸ ਹੈਗਾ ਆ ਜਾਂ ਤੁਸੀਂ ਪਾਰਟਨਰਸ਼ਿਪ ਹੈਗੇ ਆ ਜਾਂ ਤੁਸੀਂ ਲਿਮਿਟਿਡ ਲਾਇਬਿਲਿਟੀ ਹੈਗੇ ਆ ਪਾਰਟਨਰਸ਼ਿਪ ਜਿਹੜਾ ਵੀ ਬਿਜ਼ਨਸ ਇੰਪਲੋਈ ਰੱਖਦਾ ਹੈਗਾ ਆ ਉਹ ਇਸ ਸਕੀਮ ਦਾ ਫਾਇਦਾ ਲੈ ਕੇ ਆਪਣੇ ਇੰਪਲੋਈ ਨੂੰ ਸਪੋਰਟ ਦੇ ਸਕਦਾ ਹੈ ਇਹਦੇ ਵਿੱਚ ਇਹ ਵੀ ਹੈ ਕਿ ਮਿਨੀਮਮ ਇੰਪਲੋਈ ਹੋਣੇ ਚਾਹੀਦੇ ਇੰਨੇ ਇੰਪਲੋਈ ਹੋਣੇ ਚਾਹੀਦੇ ਜਾਂ ਇੱਕ ਤੋਂ ਕਿੰਨੇ ਤੱਕ ਹੋਏ ਇਹਦੇ ਵਿੱਚ ਇਹ ਨਹੀਂ ਹੈਗਾ ਤੁਹਾਡੇ ਕੋਲ ਇੱਕ ਇੰਪਲੋਈ ਆ ਜਾਂ ਤੁਹਾਡੇ ਕੋਲ ਲੱਖ ਇੰਪਲੋਈ ਆ ਜੀ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਜੀ ਬਸ ਜਿਹੜਾ ਇੰਪਲੋਇਰ ਹੈਗਾ ਆ ਉਹਨੂੰ ਇਹ ਹੈਗਾ ਕਿ ਉਹਨੂੰ 14 ਦਿਨ ਆਫਟਰ ਦ ਮੰਥ ਐਂਡ ਹਾਂਜੀ ਅਪਲਾਈ ਕਰਨਾ ਪੈਂਦਾ ਹੈਗਾ ਆ ਇਹ ਖੁਦ 15ਵਾਂ ਦਿਨ ਲੱਗ ਗਿਆ ਨਾ ਹਾਂਜੀ ਉਹ ਜਿਹੜੇ ਇੰਪਲੋਇਰ ਹੈਗੇ ਆ ਹਾਂਜੀ ਉਹ ਪਹਿਲਾਂ ਵੀ ਕਰ ਚੁੱਕੇ ਜਾਂ ਨਹੀਂ ਕਰ ਚੁੱਕੇ ਜਦੋਂ ਆਪਣੀ ਇੰਪਲੋਇਮੈਂਟ ਦਾ ਕੈਲਕੂਲੇਸ਼ਨ ਕਰਦੇ ਹੈਗੇ ਆ ਹਾਂਜੀ ਫਰਲੋ ਦੀ ਕੈਲਕੂਲੇਸ਼ਨ ਕਰਕੇ HMRC ਨੇ ਵੈਬਸਾਈਟ ਬਣਾਈ ਹੋਈ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਇੰਪਲੋਈ ਨਾ ਆਲਰੇਡੀ ਆਏ ਹੋਏ ਹੈਗੇ ਆ ਜੀ ਉਹਨਾਂ ਦਾ ਸਕੀਮ ਨੰਬਰ ਹੈਗਾ ਆ ਉਹਨਾਂ ਨੇ ਜਾ ਕੇ ਦੱਸਣਾ ਕਿ ਅਸੀਂ ਇੰਨੀ ਤਨਖਾਹ ਇਹਨਾਂ ਨੂੰ ਦਿੱਤੀ ਹੈਗੀ ਆ ਜਿਹੜੀ 80% ਸਪੋਰਟ ਲਈ ਕੁਆਲੀਫਾਈ ਕਰਦੀ ਹੈਗੀ ਆ ਉਹ ਜਿਹੜੇ ਪੈਸੇ ਹੈਗੇ ਆ ਉਹ ਇੰਪਲੋਇਰ ਨੂੰ ਆਉਂਦੇ ਹੈਗੇ ਆ ਉਹਨਾਂ ਦੇ ਬੈਂਕ ਦੇ ਵਿੱਚ ਜਿਹਨਾਂ ਵਿੱਚੋਂ ਉਹਨਾਂ ਨੂੰ ਆਪਣੇ ਇੰਪਲੋਈ ਨੂੰ ਦੇਣੀ ਚਾਹੀਦੀ ਆ ਓਕੇ ਜੀ ਫਰਕਾ ਇਸ ਟਾਈਮ ਇਹ ਹੈਗਾ ਕਿ ਪਹਿਲਾਂ ਜਿਹੜਾ 14 ਦਿਨ ਦਾ ਡੈਡਲਾਈਨ ਸੀਗੀ ਇਹ ਨਹੀਂ ਸੀਗੀ ਜੇ ਹੁਣ ਹੈਗੀ ਆ ਤੇ ਇਹ ਆਟੋਮੈਟਿਕਲੀ ਅਪਲਾਈ ਹੁੰਦੀ ਆ ਸੋ ਇਹ ਆ ਕਿ ਇੰਪਲੋਇਰ ਨੂੰ ਆਪਣਾ ਕੰਮ ਔਨ ਟਾਈਮ ਕਰਨਾ ਪੈ ਰਿਹਾ ਜਲਦੀ 14 ਦਿਨ ਹੈਗੇ ਆ ਜਿੱਦਾਂ ਹੁਣ 31 ਜਨਵਰੀ ਆ ਰਹੀ ਆ 15 ਫਰਵਰੀ ਤੱਕ ਇਹਨਾਂ ਨੂੰ ਅਪਲਾਈ ਕਰਨਾ ਪੈਣਾ ਹੈਗਾ ਜਦੋਂ 14ਵਾਂ ਦਿਨ ਫਿਨਿਸ਼ ਹੋ ਜਾਣਾ ਜੇ ਨਹੀਂ ਅਪਲਾਈ ਕੀਤਾ ਜਿਹੜੀ ਫਰਲੋ ਦੀ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਉਹ ਤੁਹਾਨੂੰ ਨਹੀਂ ਮਿਲਣੇ ਹੈਗੇ ਉਹਦੇ ਲਈ ਫਿਰ ਲੰਬਾ ਅਪੀਲ ਪ੍ਰੋਸੈਸ ਹੈਗਾ ਕਿ ਕਾਹਦੇ ਨਹੀਂ ਕੀਤਾ ਚਿੱਠੀ ਲੈ ਕੇ ਆਓ ਕੋਈ ਕੋਵਿਡ ਵੀ ਸੀਗਾ ਸਪੋਰਟ ਦਵੋ ਕਿ ਕਿਉਂ ਨਹੀਂ ਹੋਇਆ ਕਿ ਉਹ ਫਿਰ ਦੇਖੋਗੇ ਕਿ ਅਸੀਂ ਦੇਣੀ ਹੈਗੀ ਕਿ ਨਹੀਂ ਦੇਣੀ ਹੈਗੀ ਸੋ 14 ਦਿਨਾਂ ਵਿੱਚ ਤੁਸੀਂ ਆਟੋਮੈਟਿਕ ਆ ਉਸ ਤੋਂ ਬਾਅਦ ਉਹਨਾਂ ਦੇ ਫਿਰ ਕੰਮ ਆ ਜਾਂਦਾ ਜੀ ਜੀ ਇਹ ਹਰੇਕ ਇੰਪਲੋਇਰ ਲਈ ਅਵੇਲੇਬਲ ਹੈਗੀ ਆ ਓਕੇ ਇਹਦੇ ਵਿੱਚ ਇੱਦਾਂ ਵੀ ਹੈਗਾ ਕਿ ਜੇ ਤੁਸੀਂ ਇੰਪਲੋਈ ਨੂੰ ਘੱਟ ਘੰਟੇ ਕੰਮ ਕਰਾਉਣਾ ਹੈਗਾ ਆ ਤੇ ਬਾਕੀ ਟਾਈਮ ਉਹ ਫਰਲੋ ਵਿੱਚ ਹੈਗਾ ਆ ਜਿਹੜੇ ਘੰਟੇ ਫਰਲੋ ਦੇ ਹੈਗੇ ਉੱਥੇ 80% ਸਪੋਰਟ ਹੈਗੀ ਆ ਜਿਹੜੇ ਉਹਨਾਂ ਨੇ ਕੰਮ ਕੀਤੇ ਹੈਗੇ ਆ ਉਹਨਾਂ ਤੁਸੀਂ ਪੂਰੀ ਤਨਖਾਹ ਦੇਣੀ ਹੈਗੀ ਆ ਓਕੇ ਸੋ ਫਲੈਕਸੀਬਿਲਿਟੀ ਹੈਗੀ ਆ ਇਹਦੇ ਵਿੱਚ ਇੰਪਲੋਇਰ ਦੇ ਜੀ ਜੀ ਠੀਕ ਹੈ ਜੀ ਜੀ ਇੱਕ ਜਿਹੜੀ ਹੋਰ ਗ੍ਰਾਂਟ ਜਿਹੜੀ ਸੈਂਟਰਲ ਗੌਰਮੈਂਟ ਦੇ ਰਹੀ ਹੈਗੀ ਆ ਉਹ ਉਹਨਾਂ ਲਈ ਆ ਜਿਹੜੇ ਸੈਲਫ ਇੰਪਲੋਇਡ ਨੇ ਓਕੇ ਇੱਕ ਤਾਂ ਉਹ ਸੈਲਫ ਇੰਪਲੋਇਡ ਨੇ ਉਹਨਾਂ ਨੇ ਜਿਹੜੀ ਆਪਣੀ 5 ਅਪ੍ਰੈਲ 2019 ਵਾਲੀ ਸੈਲਫ ਅਸੈਸਮੈਂਟ ਟੈਕਸ ਰਿਟਰਨ ਔਨ ਟਾਈਮ ਦਿੱਤੀ ਪਈ ਆ ਗੌਰਮੈਂਟ ਨੂੰ ਹਾਂਜੀ ਤੇ ਉਹਨਾਂ ਨੂੰ ਇਹ ਗ੍ਰਾਂਟ ਦਿੱਤੀ ਜਾ ਰਹੀ ਹੈ ਕਿ ਜੇ ਤੁਹਾਡੇ ਬਿਜ਼ਨਸ ਨੂੰ ਇਫੈਕਟ ਪਿਆ ਹੋਇਆ ਹੈਗਾ ਆ ਹਾਂਜੀ ਤੇ ਉਹ ਤੁਹਾਨੂੰ 80% ਤੁਹਾਡੀ ਜਿਹੜੀ ਪਹਿਲੇ ਉਹ 5 ਅਪ੍ਰੈਲ 2019 ਦੀ ਪ੍ਰੋਫਿਟ ਸੀਗੀ ਹਾਂਜੀ ਉਹਨੂੰ ਐਵਰੇਜ ਕਰਕੇ ਤੁਹਾਨੂੰ ਸਪੋਰਟ ਦਿੰਦੇ 80% ਆਫ ਪ੍ਰੋਫਿਟ ਲੇਕਿਨ ਉੱਥੇ ਤੱਕ ਹੈਗੀ ਆ ਜਿੱਥੇ ਤੱਕ ਤੁਹਾਡੀ ਇਨਕਮ 50,000 ਪੌਂਡ ਤੋਂ ਉਸ ਸਾਲ ਘੱਟ ਸੀਗੀ ਜੇ ਤੁਹਾਡੀ ਜ਼ਿਆਦਾ ਸੀਗੀ ਫਿਰ 0 ਆ ਉਸ ਤੋਂ ਪਹਿਲਾਂ ਜਿਹੜੀ ਸੀਗੀ 80% ਆ ਲੇਕਿਨ 2500 ਪੌਂਡ ਤੋਂ ਮੈਕਸੀਮਮ ਹਫ਼ ਮਹੀਨੇ ਦੀ ਨਹੀਂ ਮਿਲਦੀ ਹੈਗੀ ਓਕੇ ਜੀ ਸੋ ਇਸ ਵਕਤ ਜਿਹੜੀਆਂ
ओपनिंग्स हैगियां इस स्कीम दे विच इह इदां हैगियां कि जिन्ना तुहानूं इफेक्ट पिया हैगा पहली नवंबर 20 तों लै के 31 जनवरी 21 तक जे तुसीं हुण अप्लाई कर सकदे आ ते फिर जिहड़े अगले 3 महीने हैगे उह खुलणे हैगे आ पहली फरवरी 21 तों लै के 30 अप्रैल 21 तक जी। सो असीं इह देखणा हैगा कि तकरीबन हुण अगले भी 3 महीने जनवरी दी एंड तों ते पहली नवंबर तक तुहानूं पूरी सपोर्ट पीरियड हैगा आ जे तुहानूं ਤੁਹਾਡੇ ਸੈਲਫ ਇੰਪਲੋਇਡ ਬਿਜ਼ਨਸ ਦੇ ਵਿੱਚ ਤੁਹਾਨੂੰ ਪ੍ਰੋਫਿਟਸ ਘਟੀਆਂ ਹੋਈਆਂ ਤੁਸੀਂ ਇਹ ਗ੍ਰਾਂਟ ਲੈ ਸਕਦੇ ਆ ਜੀ ਜੀ ਸੋ ਇਹ ਵੀ ਇੱਕ ਗ੍ਰਾਂਟ ਆ ਇਹ ਪੈਸੇ ਵਾਪਸ ਨਹੀਂ ਦੇਣੇ ਪੈਣੇ ਹੈਗੇ ਜੀ ਸੋ ਇਸ ਕੈਟਾਗਰੀ ਦੇ ਵਿੱਚ ਜਿਹੜੇ ਜਿੰਨੇ ਵੀ ਸੈਲਫ ਇੰਪਲੋਇਡ ਆ ਬੇਸ਼ੱਕ ਉਹਨਾਂ ਨੂੰ ਆਪਾਂ ਬਿਲਡਰ ਕਹੀਏ ਜਾਂ ਵੈਨ ਬਹੁਤ ਸਾਰੇ ਵੈਨ ਡਰਾਈਵਰ ਆ ਟੈਕਸੀ ਡਰਾਈਵਰ ਆ ਉਹ ਸਾਰੇ ਸੈਲਫ ਇੰਪਲੋਇਡ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਬਿਲਕੁਲ ਇਹ ਕੁਆਲੀਫਾਈ ਕਰਦੇ ਆ ਤੇ ਇਹ ਜਿਹੜੀ ਸਕੀਮ ਹੈਗੀ ਆ ਇਹ ਤੁਹਾਨੂੰ HMRC Her Majesty's Revenue and Customs ਤੋਂ ਅਪਲਾਈ ਕਰਨੀ ਪੈਂਦੀ ਹੈਗੀ ਆ ਇਹ ਤੁਸੀਂ ਆਪ ਕਰਨੀ ਹੈਗੀ ਆ ਆਪਣੇ ਜਿੱਦਾਂ ਬਿਜ਼ਨਸ ਦੇ ਕੋਲ ਅਕਾਊਂਟੈਂਟਸ ਹੈਗੇ ਆ ਜਾਂ ਕੋਈ ਐਡਵਾਈਜ਼ਰ ਹੈਗੇ ਆ ਉਹ ਤੁਹਾਡੇ ਬਿਹਾਫ ਤੇ ਇਹਨੂੰ ਕਲੇਮ ਨਹੀਂ ਕਰ ਸਕਦੇ ਜੀ ਲੇਕਿਨ ਲੇਕਿਨ ਜਿਹੜੇ ਜਿਸ ਤਰ੍ਹਾਂ ਸੈਲਫ ਇੰਪਲੋਇਡ ਹੁੰਦੇ ਉਹਨਾਂ ਕੋਲ ਤਕਰੀਬਨ ਸਾਰਿਆਂ ਦੇ ਕੋਲ ਅਕਾਊਂਟੈਂਟ ਹੁੰਦੇ ਆ ਅਕਾਊਂਟੈਂਟ ਦੇ ਕੋਲੋਂ ਸਲਾਹ ਲਈ ਜਾ ਸਕਦੀ ਹੈ ਕਿਉਂਕਿ ਬਹੁਤ ਸਾਰੇ ਕੰਮ ਐਸੇ ਹੁੰਦੇ ਆ ਜਿਹੜੇ ਆਪ ਨਹੀਂ ਕਰਨੇ ਮੁਸ਼ਕਿਲ ਹੋ ਜਾਂਦੇ ਆ ਹਾਂਜੀ ਜੀ ਸਲਾਹ ਤੁਸੀਂ ਜ਼ਰੂਰ ਲੈ ਸਕਦੇ ਆ ਲੇਕਿਨ ਜਦੋਂ ਗੌਰਮੈਂਟ ਨੇ ਗੇਟਵੇ ਬਣਾਇਆ ਹੋਇਆ ਇਹਦਾ ਮਤਲਬ ਇਹ ਹੈਗਾ ਕਿ ਆਨਲਾਈਨ ਤੁਹਾਨੂੰ ਇੱਕ ਆਪਣਾ ਅਕਾਊਂਟ ਬਣਾਉਣਾ ਪੈਂਦਾ ਹੈਗਾ ਜਿਹੜਾ HMRC ਦੇ ਨਾਲ ਆ ਉਹਦਾ ਪਾਸਵਰਡ ਹੁੰਦਾ ਆ ਉਹ ਤੁਹਾਡੇ ਨਾਂ ਤੇ ਹੀ ਹੋਣਾ ਹੈਗਾ ਤੁਹਾਡੇ ਨਾਂ ਤੇ ਹੀ ਖੁੱਲਣਾ ਹੈਗਾ ਆ ਓਕੇ ਉਹਦੇ ਵਿੱਚ ਗੌਰਮੈਂਟ ਨੇ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਹੈਗਾ ਕਿ ਜਿਹੜਾ ਅਮਾਊਂਟ ਤੁਹਾਨੂੰ ਮਿਲਣਾ ਹੈਗਾ ਨਾ ਉਹਨਾਂ ਨੂੰ ਆਲਰੇਡੀ ਪਤਾ ਹੈਗਾ ਆ ਤੁਸੀਂ ਨਹੀਂ ਦੱਸਣਾ ਹੈਗਾ ਅੱਛਾ ਜੀ ਜੀ ਠੀਕ ਹੈ ਕਿਉਂਕਿ ਉਹਨਾਂ ਨੇ ਉਹ ਕੈਲਕੂਲੇਟ ਕੀਤਾ ਹੋਇਆ ਜਿਹੜੀ ਤੁਹਾਡੀ 5 April 2019 ਦੀ ਟੈਕਸ ਰਿਟਰਨ ਤੁਸੀਂ ਜਿਹੜੀ ਜਮ੍ਹਾਂ ਕਰਾ ਚੁੱਕੇ ਆ ਕਿੰਨੀ ਦੇਰ ਲੱਗਦੀ ਆ ਅਸ਼ਵਨੀ ਜੀ ਇਸ ਨੂੰ ਜਦੋਂ ਅਪਲਾਈ ਹੋਣ ਤੋਂ ਬਾਅਦ ਵਿੱਚ ਉਹ ਅਕਾਊਂਟ ਪਹੁੰਚਣ ਤੱਕ ਕਿੰਨੀ ਦੇਰ ਲੱਗਦੀ ਆ ਕਿ ਕੋਈ ਬੈਕਲੌਗ ਵੀ ਹੈ ਜਾਂ ਫਟਾਫਟ ਚੱਲ ਰਿਹਾ ਕੰਮ ਜਿਹੜੇ ਜਦੋਂ ਸਕੀਮ ਨਵੀਂ ਬਣੀ ਸੀਗੀ ਉਦੋਂ ਬੈਕਲੌਗ ਸੀਗੇ ਹੁਣ ਤਕਰੀਬਨ 5 to 7 days ਤੱਕ ਜਿਹੜੀ ਪੈਸੇ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੇ ਆ ਤੁਸੀਂ ਆਪਣਾ ਅਕਾਊਂਟ ਨੰਬਰ ਉਹਨਾਂ ਨੂੰ ਦੇਣਾ ਹੈਗਾ ਆ ਉਹ ਤਕਰੀਬਨ ਹੁਣ ਆਟੋਮੈਟਿਕ ਹੋ ਗਿਆ ਹੈਗਾ ਆ ਬਹੁਤ ਜਲਦੀ ਪੈਸੇ ਆ ਜਾਂਦੇ ਆ ਕਿਉਂਕਿ ਗੌਰਮੈਂਟ ਨੂੰ ਪਤਾ ਹੈਗਾ ਕਿ ਜਿਹੜਾ ਇਹ ਟੈਕਸ ਪੇਅਰ ਹੈਗਾ ਆ ਕੌਣ ਹੈਗਾ ਆ ਕਿੱਥੇ ਹੈਗਾ ਆ ਕਿੰਨਾ ਅਮਾਊਂਟ ਹੈਗਾ ਆ ਕੀ ਉਹਦੀ ਬੈਂਕ ਡਿਟੇਲਸ ਹੈਗੀ ਆ ਤਾਂ ਹੀ ਤੁਹਾਡੇ ਅਕਾਊਂਟੈਂਟ ਜਾਂ ਐਡਵਾਈਜ਼ਰ ਨਹੀਂ ਅਪਲਾਈ ਸਕਦੇ ਕਿਉਂਕਿ ਉਹ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਨਾ ਉਹਦਾ ਰਿਸਪੋਂਸ ਜਿਹੜਾ ਹੈਗਾ ਆ ਜਿਹੜਾ ਆਨਸਰ ਹੈਗਾ ਆ ਉਹ ਤੁਹਾਨੂੰ ਆਪ ਦੇਣਾ ਪੈਂਦਾ ਹੈਗਾ ਆ ਜੀ ਜੀ ਮੇਰੇ ਬਿਜ਼ਨਸ ਨੂੰ ਇਫੈਕਟ ਪਿਆ ਆ ਜੀ ਉਹਦੇ ਜਵਾਬ ਦੇ ਵੀ ਤੁਸੀਂ ਆਪ ਕੰਟੈਂਟ ਕਹਿ ਰਿਹਾ ਕਿ ਮੇਰੇ ਬਿਜ਼ਨਸ ਨੂੰ ਇਫੈਕਟ ਪਿਆ ਹੋਇਆ ਆ ਹਾਂ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਇਹ ਤੁਹਾਡੀ ਪਰਸਨਲ ਡੈਕਲੇਰੇਸ਼ਨ ਆ ਕਿ ਮੇਰੇ ਬਿਜ਼ਨਸ ਨੂੰ ਇਫੈਕਟ ਆ ਤੇ ਮੈਨੂੰ ਇਸ ਗ੍ਰਾਂਟ ਦਾ ਫਾਇਦਾ ਚਾਹੀਦਾ ਹੈਗਾ ਤਾਂ ਮੈਨੂੰ ਆ ਅਮਾਊਂਟ ਚਾਹੀਦਾ ਹੈਗਾ ਠੀਕ ਹੈ ਜੀ ਇਹ ਜਿਹੜੀ ਸਕੀਮ ਹੈਗੀ ਆ ਜੇ ਤੁਸੀਂ ਲਿਮਿਟਿਡ ਕੰਪਨੀ ਵਿੱਚ ਕੰਮ ਕਰਦੇ ਪਏ ਹੈਗੇ ਆ ਇਹ ਤੁਸੀਂ ਇਹਦਾ ਫਾਇਦਾ ਨਹੀਂ ਲੈ ਸਕਦੇ ਓਕੇ ਲਿਮਿਟਿਡ ਕੰਪਨੀ ਦੇ ਵਿੱਚ ਜਾਂ ਤਾਂ ਤੁਸੀਂ ਡਾਇਰੈਕਟਰ ਹੈਗੇ ਆ ਉਹਦਾ ਮਤਲਬ ਤੁਸੀਂ ਇੰਪਲੋਈ ਹੈਗੇ ਆ ਤੇ ਨਾਲ ਤੁਸੀਂ ਡਿਵੀਡੈਂਡ ਲੈਂਦੇ ਸੀਗੇ ਜਿਹੜੇ ਉਹ ਬਿਜ਼ਨਸ ਹੈਗੇ ਆ ਉਹਨਾਂ ਨੂੰ ਤਕਰੀਬਨ ਕੋਈ ਵੀ ਸਕੀਮ ਦੇ ਵਿੱਚ ਹਜੇ ਤੱਕ ਕੋਈ ਮਦਦ ਨਹੀਂ ਦਿੱਤੀ ਗਈ ਹੈਗੀ ਜੀ ਜੀ ਸੋ ਮੈਂ ਰੇਡੀਓ 5 ਦੇ ਸਰੋਤਿਆਂ ਨੂੰ ਇਹ ਦੱਸਦਾ ਜਾਵਾਂ ਕਿ ਸਾਡੇ ਸਤਿਕਾਰਯੋਗ ਵੀਰ ਅਸ਼ਵਨੀ ਰਿਸ਼ੀ ਹੁਰੀ ਸਾਡੇ ਨਾਲ ਜੁੜੇ ਹੋਏ ਨੇ ਤੇ ਉਹ ਜਿਹੜੀਆਂ ਸਰਕਾਰ ਵੱਲੋਂ ਸਕੀਮਾਂ ਮਿਲ ਰਹੀਆਂ ਨੇ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ ਤਾਂ ਕਿ ਸੈਲਫ ਇੰਪਲੋਇਡ ਨੂੰ ਜਿਨ੍ਹਾਂ ਨੂੰ ਬਿਜ਼ਨਸ ਦੇ ਇਫੈਕਟ ਪਏ ਆ ਉਹਨਾਂ ਦੀ ਲੁੱਕ ਆਫਟਰ ਕੀਤੀ ਜਾਵੇ ਅਤੇ ਨਾਲ ਦੀ ਨਾਲ ਜਿਹੜੇ ਬਿਜ਼ਨਸ ਜਿਹੜੇ ਆ ਕਈ ਵਾਰੀ ਜਦੋਂ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਬੰਦ ਹੋਣ ਦੇ ਕੰਢੇ 'ਤੇ ਹੁੰਦੇ ਨੇ ਲੇਕਿਨ ਗੌਰਮੈਂਟ ਉਹਨਾਂ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਕਈ ਵਾਰ ਬੇਸ਼ੱਕ ਅਸੀਂ ਬਿਜ਼ਨਸ ਰਨ ਕਰਦੇ ਹਾਂ ਕਾਫੀ ਦੇਰ ਤੋਂ ਕਰਦੇ ਆ ਰਹੇ ਹਾਂ ਰੇਡੀਓ 5 ਦੇ ਸਰੋਤੇ ਬਹੁਤ ਸਾਰੇ ਹੋਣਗੇ ਲੇਕਿਨ ਇਹ ਜਿਹੜੀਆਂ ਸਕੀਮਾਂ ਕਈ ਵਾਰੀ ਇਸ ਪਾਸੇ ਦੀ ਸਾਨੂੰ ਜਾਣਕਾਰੀ ਨਹੀਂ ਹੁੰਦੀ ਇਹੀ ਉਪਰਾਲਾ ਕੀਤਾ ਜਾ ਰਿਹਾ ਰੇਡੀਓ 5 ਵੱਲੋਂ ਅਸ਼ਵਨੀ ਰਿਸ਼ੀ ਹੋਰਾਂ ਦੇ ਨਾਲ ਸਾਂਝ ਪਾ ਕੇ ਸੋ ਜੇਕਰ ਤੁਹਾਡੇ ਕੋਲ ਕੋਈ ਸਵਾਲ ਹੈ ਤੁਸੀਂ ਟੈਕਸ ਮੈਸੇਜ ਕਰ ਸਕਦੇ ਹੋ ਜੀ ਜਾਂ ਵਟਸਐਪ ਦੇ ਜ਼ਰੀਏ ਤੁਸੀਂ ਮੈਸੇਜ ਕਰ ਸਕਦੇ ਹੋ 07376545021 ਤਾਂ ਕਿ ਆਪਾਂ ਅਸ਼ਵਨੀ ਰਿਸ਼ੀ ਹੋਰਾਂ ਕੋਲੋਂ ਇਹ ਜਾਣਕਾਰੀ ਲੈ ਸਕੀਏ ਜੀ ਅਸ਼ਵਨੀ ਜੀ ਹਾਂਜੀ ਆਪਣੇ ਲਿਸਨਰਸ ਕਈਆਂ ਕੋਲ ਤੁਸੀਂ ਗੱਲ ਕੀਤੀ ਸੀ ਉਹਨਾਂ ਕੋਲ ਪਬਸ ਵਗੈਰਾ ਹੈਗੇ ਆ ਹਾਊਸ ਵਗੈਰਾ ਹੈਗੇ ਆ ਤੇ ਉਹਨਾਂ ਨੂੰ ਕੀ ਸਹੂਲਤ ਹੈਗੀ ਆ ਜੀ ਤੇ ਜਿਨ੍ਹਾਂ ਦੇ ਕੋਲ ਪਬਸ ਹੈਗੇ ਆ ਤੇ ਉਹ ਟੀਅਰ 2 ਜਾਂ ਟੀਅਰ 3 ਦੇ ਵਿੱਚ ਆਏ ਸੀਗੇ ਹਾਂਜੀ ਇਹਨਾਂ ਦੀ ਡੇਟਾ ਇੱਦਾਂ ਹੈਗੀਆਂ ਕਿ ਇਹ ਜਿਹੜੀ ਸਕੀਮ ਸੀ 2 December 2020 ਤੋਂ ਲੈ ਕੇ 29 December 2020 ਤੱਕ ਸੀਗੀ
ਠੀਕ ਹੈ ਜੀ। ਜੇ ਵੀ ਕੋਈ ਪਬ ਸੀਗਾ ਜਿਹੜਾ ਟੇਅਰ 2 ਜਾਂ ਟੇਅਰ 3 ਵਿੱਚ ਉਸ ਵਕਤ ਆ ਰਿਹਾ ਸੀਗਾ ਉਹਨਾਂ ਨੂੰ ਵਨ ਆਫ ਗ੍ਰਾਂਟ ਮਤਲਬ ਇੱਕ ਵਾਰੀ £1,000 ਅਵੇਲੇਬਲ ਹੈਗਾ ਆ ਤੇ ਇਹ ਹੋਣਾ ਚਾਹੀਦਾ ਕਿ ਜਿਹੜੀ ਤੁਹਾਡੀ ਖਾਣ ਪੀਣ ਦੀ ਸੇਲਸ ਸੀ ਖਾਣੇ ਦੀ ਫੂਡ ਦੀ ਉਹ ਲੈਸ ਦੈਨ 50% ਆਫ ਬਾਕੀ ਸੇਲਸ ਹੋਣੀ ਚਾਹੀਦੀ ਆ ਠੀਕ ਹੈ ਜੀ। ਜੀ ਜੀ ਇਹ ਜਿਹੜਾ £1,000 ਹੈਗਾ ਆ ਇਹ 31 January 2021 ਤੋਂ ਪਹਿਲਾਂ ਤੁਹਾਨੂੰ ਕਲੇਮ ਕਰਨਾ ਪੈਣਾ ਹੈਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਕਲੇਮ ਨਹੀਂ ਕਰ ਸਕਦੇ ਜੀ ਠੀਕ ਹੈ ਜੀ। ਸੋ ਜਿਹੜੇ ਹਾਲਸ ਆ ਜਾਂਦੇ ਹੈਗੇ ਜਿਹੜੇ ਲੈਜਰ ਇੰਡਸਟਰੀ ਵਿੱਚ ਆ ਜਾਂਦੇ ਹੈਗੇ ਆ ਉਹਨਾਂ ਨੂੰ ਬਾਕੀ ਗ੍ਰਾਂਟਾਂ ਵੀ ਅਪਲਾਈ ਕਰਦੀਆਂ ਲੇਕਿਨ ਜਿਹੜੇ ਵੱਡੇ ਹਾਲ ਸੀਗੇ ਉਹਨਾਂ ਨੂੰ ਇੱਕ ਸਪੈਸ਼ਲ ਗ੍ਰਾਂਟ ਮਿਲਦੀ ਪਈ ਹੈਗੀ ਆ ਜਿਹਦੀਆਂ ਜਿਹੜੀਆਂ ਕੰਡੀਸ਼ਨ ਹੈਗੀਆਂ ਕਾਫੀ ਕੰਪਲੈਕਸ ਹੈਗੀਆਂ ਲੇਕਿਨ ਤਕਰੀਬਨ ਕਿਉਂਕਿ ਉਹ ਬਹੁਤ ਘੱਟ ਬਿਜ਼ਨੈਸਿਸ ਹੁੰਦੇ ਹੈਗੇ ਆ ਉਹ ਜੇ ਅਸੀਂ ਜਿਹੜੀ ਬਾਅਦ ਦੇ ਪ੍ਰੋਗਰਾਮ ਯੂਟਿਊਬ ਦੇ ਵਿੱਚ ਲਿੰਕ ਪਾਉਣਾ ਹੈਗਾ ਨਾ ਉਹਦੇ ਵਿੱਚ ਜਾ ਕੇ 6-7 ਕੁਐਸਚਨ ਆਨਸਰ ਕਰਨ ਪੈਣੇ ਹੈਗੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਕਿ ਕਿਹੜੀ ਗ੍ਰਾਂਟ ਹੈਗੀ ਆ ਕਿੰਨੇ ਦੀ ਹੈਗੀ ਆ ਜੀ ਜੀ ਜੀ। ਸੋ ਭਾਜੀ ਅਸੀਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਿਹੜੇ ਵੀ ਬਿਜ਼ਨੈਸਿਸ ਹੈਗੇ ਆ ਜਿਹਨਾਂ ਨੇ ਬਿਜ਼ਨੈਸ ਰੇਟ ਰਿਲੀਫ ਨਹੀਂ ਕਲੇਮ ਕੀਤੀ ਹੈਗੀ ਪਲੀਜ਼ ਜਲਦੀ ਤੋਂ ਜਲਦੀ ਕਲੇਮ ਕਰਨ ਜੀ ਉਹਨਾਂ ਦੀ ਇੱਕ ਤਾਂ 4-5 ਸਾਲ ਦੀ ਬੈਕ ਡੇਟ ਵੀ ਪੈਸੇ ਹੈਗੇ ਆ ਤੇ ਉਹਨਾਂ ਨੂੰ ਇਸ ਸਾਲ ਦੇ ਵੀ ਬਿਜ਼ਨਸ ਰੇਟਸ ਮਾਫ ਹੋ ਜਾਣੇ ਆ ਤੇ ਅੱਜ ਜਿੱਦਾਂ ਮੈਂ ਸਵੇਰੇ ਪੜ੍ਹ ਰਿਹਾ ਸੀਗਾ ਨਿਊਜ਼ ਪੇਪਰ ਦੇ ਵਿੱਚ ਹੋ ਸਕਦਾ ਕਿ ਅਗਲੇ ਸਾਲ ਦੇ ਵੀ ਬਿਜ਼ਨਸ ਰੇਟਸ ਉਹਨਾਂ ਨੇ ਮਾਫ ਕਰ ਦੇਣੇ ਹੈਗੇ ਆ ਇਹ ਹਜੇ 100% ਨਹੀਂ ਹੋਇਆ ਜੀ। ਇਸ ਸਾਲ ਜਿਹੜੀ ਆਪਣੀ ਚਾਂਸਲਰ ਦੀ ਬਜਟ ਹੈਗੀ ਆ ਉਹ 3 March ਨੂੰ ਆ ਇੱਕ ਗੱਲ ਵਕਤ ਅਸ਼ਵਨੀ ਸੌਰੀ ਜੀ ਮੈਂ ਇੱਕ ਗੱਲ ਦਿਮਾਗ ਚ ਆਈ ਹੈ ਜਿਹੜੇ ਸੈਲਫ ਇੰਪਲੋਇਡ ਹੈ ਹਾਂਜੀ ਬਹੁਤ ਸਾਰੇ ਸੈਲਫ ਇੰਪਲੋਇਡ ਜਿਹੜੇ ਉਹ ਉਹਨਾਂ ਦੇ ਕੋਲ ਕੋਈ ਪ੍ਰੀਮਿਸਿਸ ਨਹੀਂ ਹੁੰਦਾ ਉਹ ਬਿਜ਼ਨਸ ਰੇਟ ਨਹੀਂ ਪੇ ਕਰਦੇ ਜਿਹਨਾਂ ਦੇ ਵਿੱਚ ਟੈਕਸੀ ਡਰਾਈਵਰਸ ਆ ਜਾਂਦੇ ਆ ਵੈਨ ਡਰਾਈਵਰਸ ਆ ਜਾਂਦੇ ਆ ਜਿਹਨਾਂ ਦੇ ਵਿੱਚ ਬਿਲਡਰ ਵੀ ਆ ਜਾਂਦੇ ਆ ਉਹ ਲੇਕਿਨ ਘਰਾਂ ਤੋਂ ਕੰਮ ਕਰ ਰਹੇ ਆ ਘਰਾਂ ਦੇ ਵਿੱਚ ਉਹ ਕੌਂਸਲ ਟੈਕਸ ਦੇ ਰਹੇ ਆ ਕੀ ਉਹਨਾਂ ਨੂੰ ਵੀ ਕੋਈ ਸਹੂਲਤ ਹੋਵੇਗੀ ਕਿ ਉਹ ਆਪਣਾ ਕੌਂਸਲ ਟੈਕਸ ਲਈ ਅਪਲਾਈ ਕਰ ਸਕਦੇ ਨੇ ਕਿ ਜਿਸ ਤਰ੍ਹਾਂ ਬਿਜ਼ਨਸ ਰੇਟ ਮਾਫ ਹੁੰਦਾ ਕੌਂਸਲ ਟੈਕਸ ਵੀ ਮਾਫ ਹੋ ਸਕਦਾ ਇਹ ਜਿਹੜਾ ਏਰੀਆ ਹੈਗਾ ਭਾਜੀ ਕਾਫੀ ਕੰਪਲੈਕਸ ਜਿਹਾ ਹੈਗਾ ਆ ਜੇ ਆਪਣੇ ਰੇਟਸ ਤੇ ਤੁਸੀਂ ਇਹ ਰਿਲੀਫ ਲੈਣੀ ਹੈਗੀ ਆ ਨਾ ਹਾਂਜੀ ਤੁਹਾਨੂੰ ਆਪਣੇ ਕਾਉਂਸਲ ਨੂੰ ਦੱਸਣਾ ਪਏਗਾ ਕਿ ਮੈਂ ਆਪਣਾ ਘਰ ਜਿਹੜਾ ਹੈਗਾ ਆ ਬਿਜ਼ਨਸ ਲਈ ਵਰਤਦਾ ਹੈਗਾ ਆ ਠੀਕ ਹੈ ਜੀ। ਫਿਰ ਜਿਹੜਾ ਇੱਥੇ ਦਾ ਵੈਲਿਊਏਸ਼ਨ ਆਫਿਸ ਹੁੰਦਾ ਆ ਉਹ ਡਿਸਾਈਡ ਕਰੂਗਾ ਕਿ ਤੁਸੀਂ ਕਿੰਨਾ ਆਪਣਾ ਘਰ ਜਿਹੜਾ ਹੈਗਾ ਆ ਬਿਜ਼ਨਸ ਦੇ ਵਰਤਦੇ ਹੈਗੇ ਆ ਤੇ ਬਾਕੀ ਜਿਹਦੇ ਵਿੱਚ ਰਹਿੰਦੇ ਹੈਗੇ ਆ ਜੀ ਜੀ ਠੀਕ ਹੈ ਜੀ। ਸੋ ਉਹ ਫਿਰ ਕਲਾਸੀਫਿਕੇਸ਼ਨ ਬਣ ਜਾਂਦੀ ਹੈਗੀ ਆ ਇਹ ਤਾਂ ਹੈਗਾ ਕਿ ਤੁਹਾਨੂੰ ਰੇਟਸ ਨਹੀਂ ਦੇਣੇ ਪਊਗੇ ਹਾਂਜੀ ਲੇਕਿਨ ਇਹਦੀ ਪ੍ਰੋਬਲਮਸ ਇਹ ਪੈਂਦੀਆਂ ਹੋਗੀਆਂ ਕਿ ਇਹਦੀਆਂ ਕਈ ਜਿਹੜੀਆਂ ਨਾ ਲੌਂਗ ਟਰਮ ਇਫੈਕਟ ਪੈ ਜਾਂਦੇ ਆ ਲੰਬੇ ਇਫੈਕਟ ਪੈ ਜਾਂਦੇ ਆ ਜਦੋਂ ਤੁਸੀਂ ਆਪਣੀ ਘਰ ਹੈਗੇ ਆ ਤੁਸੀਂ ਜਦੋਂ ਵੇਚਦੇ ਹੈਗੇ ਆ ਠੀਕ ਹੈ ਜੀ ਹਾਂਜੀ ਤੁਹਾਨੂੰ ਉਸ ਵਕਤ ਕੋਈ ਟੈਕਸ ਨਹੀਂ ਲੱਗਦਾ ਕਿਉਂਕਿ ਤੁਸੀਂ ਕਹਿੰਦੇ ਹੈਗੇ ਆ ਕਿ ਇਹ ਮੇਰੀ ਪ੍ਰਿੰਸੀਪਲ ਪ੍ਰਾਈਵੇਟ ਰੈਜ਼ੀਡੈਂਸ ਸੀਗੀ ਐਗਜ਼ੈਕਟਲੀ ਠੀਕ ਹੈ ਜੀ ਲੇਕਿਨ ਜੇ ਤੁਸੀਂ ਇਹਦੇ ਵਿੱਚ ਨਾਲ ਕਮਰਸ਼ੀਅਲ ਕੈਟਾਗਰੀ ਵੀ ਪਾ ਦਿੱਤੀ ਬਿਜ਼ਨਸ ਰੇਟ ਸੀ ਫਿਰ 19% ਜਿਹੜੀ ਹੈਗੀ ਆ ਉਹ ਫਿਰ ਉਹ ਰਿਲੀਫ ਲਈ ਕੁਆਲੀਫਾਈ ਨਹੀਂ ਕਰਦੀ ਹਾਂਜੀ ਜੀ ਸੋ ਰੈਕਮੈਂਡੇਸ਼ਨ ਇਹ ਹੁੰਦੀ ਆ ਕਿ ਜਿਹੜੇ ਇੱਕ ਦੋ ਇੱਕ ਕਮਰਾ ਵਰਤਦੇ ਹੈਗੇ ਆ ਜੋ ਆਪਣੀ ਗੈਰੇਜ ਵਾਚਦੇ ਪਏ ਹੈਗੇ ਆ ਘਰ ਦੇ ਵਿੱਚ ਆਪਣੇ ਬਿਜ਼ਨਸ ਲਈ ਹਾਂਜੀ ਉਹ ਤਕਰੀਬਨ ਇਹਦਾ ਇਹ ਰਿਲੀਫ ਨੂੰ ਨਹੀਂ ਲੈਣ ਦੀ ਕੋਸ਼ਿਸ਼ ਕਰਦੇ ਕਿਉਂਕਿ ਇਹਦਾ ਲੌਂਗ ਟਰਮ ਇਫੈਕਟ ਜਿਹੜਾ ਹੈਗਾ ਉਹਦੇ ਪੈਸੇ ਜ਼ਿਆਦਾ ਪੈ ਜਾਂਦੇ ਹੈਗੇ ਆ ਜੀ 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 ਲੇਕਿਨ ਉਹ ਬਿਜ਼ਨਸ ਜਿਹੜੇ ਘਰੋਂ ਕਰਦੇ ਪਏ ਆ ਹਾਂਜੀ ਆਪਣੀ ਅਕਾਊਂਟਸ ਦੇ ਵਿੱਚ ਜਾਂ ਟੈਕਸ ਰਿਟਰਨ ਦੇ ਵਿੱਚ ਖਰਚਾ ਜ਼ਰੂਰ ਥੋੜ੍ਹਾ ਜਿਹਾ ਲੈ ਸਕਦੇ ਆ ਕਿ ਮੈਂ ਇੰਨਾ ਪ੍ਰਪੋਰਸ਼ਨ ਆਪਣੇ ਘਰ ਦਾ ਮੈਂ ਵਰਤਦਾ ਹੈਗਾ ਆ ਉਹਦਾ ਕੋਸਟ ਅਗੇਂਸਟ ਟੈਕਸ ਰਿਟਰਨ ਜ਼ਰੂਰ ਪਾ ਸਕਦੇ ਆ ਲੇਕਿਨ ਬਿਜ਼ਨਸ ਰੇਟਸ ਲਈ ਨਹੀਂ ਕਿਉਂਕਿ ਉਹ ਪਹਿਲਾਂ ਹੀ ਬਿਜ਼ਨਸ ਰੇਟਸ ਨਹੀਂ ਦਿੰਦੇ ਪਏ ਹੈਗੇ ਜਿੰਨੇ ਪੈਸੇ ਥੋੜੇ ਵਰਤ ਇਧਰੋਂ ਜੇ ਬਚਦੇ ਵੀ ਹੈਗੇ ਆ ਇਟਸ ਉਹਦਾ ਲੌਂਗ ਟਰਮ ਇਫੈਕਟ ਜ਼ਿਆਦਾ ਪੈ ਸਕਦਾ ਜੀ ਸੋ ਨਾਰਮਲੀ ਬਿਜ਼ਨਸ ਨੂੰ ਉਹਨੂੰ ਨਹੀਂ ਕਲੇਮ ਕਰਦੇ ਜੀ ਜੀ ਲੇਕਿਨ ਉਹ ਬਿਜ਼ਨਸ ਜਿਹੜੇ ਹੈਗੇ ਨੇ ਜਿਹਨਾਂ ਨੂੰ ਇਫੈਕਟ ਪਿਆ ਹੋਇਆ ਆ ਜਿਹੜੀ ਅਸੀਂ ਪਹਿਲਾਂ ਐਡੀਸ਼ਨਲ ਰਿਸਟ੍ਰਿਕਸ਼ਨ ਗ੍ਰਾਂਟ ਦੀ ਗੱਲ ਕੀਤੀ ਹੈਗੀ ਆ ਉਹ ਬਿਜ਼ਨਸ ਜਿਹੜੇ ਨੈਗੇਟਿਵਲੀ ਇਫੈਕਟਿਡ ਹੈਗੇ ਆ ਬਟ ਰੇਟਸ ਨਹੀਂ ਦਿੰਦੇ ਉਹ ਅਪਲਾਈ ਕਰ ਸਕਦੇ ਆ ਆਪਣੇ ਲੋਕਲ ਕਾਉਂਸਲ ਤੋਂ ਜੀ ਜੀ ਕਲੀਅਰ ਹੋ ਗਿਆ ਜੀ ਬਿਲਕੁਲ ਕਲੀਅਰ ਹੋ ਗਿਆ ਜੀ ਅਸ਼ਵਨੀ ਜੀ ਜੀ ਹੋਰ ਕੋਈ ਸਹੂਲਤ ਜਾਂ ਫਿਰ ਆਪਾਂ ਉਹ ਦੂਸਰੀ ਗੱਲ ਵੀ ਹੋਰ ਸਹੂਲਤਾਂ ਭਾਜੀ ਏਦਾਂ ਹੈਗੀਆਂ ਆ ਕਿ ਸਾਰੀਆਂ ਚੀਜ਼ਾਂ ਗ੍ਰਾਂਟਾਂ ਦੇਣੀਆਂ ਹੁੰਦੀਆਂ ਬਿਜ਼ਨਸ ਸਰਵਾਈਵ ਤਾਂ ਕਰਦਾ ਹੈਗਾ ਜੇ ਉਹਦੇ ਕੋਲ ਕੈਸ਼ ਫਲੋ ਹੈਗਾ ਆ ਹਾਂਜੀ ਸੋ ਕੈਸ਼ ਫਲੋ ਕਿੱਥੋਂ ਲੈਣਾ ਹੈਗਾ ਆ ਉਹ ਤਕਰੀਬਨ ਮਿਲਦਾ ਹੈਗਾ ਜਾਂ ਤਾਂ ਤੁਸੀਂ ਆਪਣੀ ਸੇਵਿੰਗਸ ਵਿੱਚ ਬਿਜ਼ਨਸ ਵਿੱਚ ਪਾ ਰਹੇ ਹੈਗੇ ਆ ਤੇ ਜਾਂ ਫਿਰ ਗੌਰਮੈਂਟ ਨੇ
तीन चार स्कीम जिहड़ियां हैगियां जिहड़ियां तुहाडा कैश फ्लो जिहड़ा हैगा ओहनू इंप्रूव कर दिंदियां हैगियां। ठीक है जी। जिहड़े तां छोटे बिजनेस हैगे आ जिन्हां नूं 50,000 तों घट चाहीदे हैगे पैसे, ओह क्वालीफाई करदे हैगे आ बिजनेस बाउंस बैक लोन लै। हां जी ठीक है। ਇਹ ਲੋਨ ਸਕੀਮ ਜਿਹੜੀ ਹੈਗੀ ਆ ਗੌਰਮੈਂਟ ਨੇ ਅਨਾਊਂਸ ਕੀਤੀ ਸੀਗੀ ਕਿ ਤੁਸੀਂ ਜੇ ਤੁਹਾਨੂੰ ਲੋਨ ਚਾਹੀਦਾ ਹੈਗਾ ਆ, ਬੈਂਕਾਂ ਲੋਨ ਨਹੀਂ ਦਿੰਦੀਆਂ ਆਪਣੀਆਂ ਹੈਗੀਆਂ, ਤੁਸੀਂ ਇਸ ਸਕੀਮ ਦੇ ਵਿੱਚ ਅਪਲਾਈ ਕਰੋ ਤੇ ਤੁਸੀਂ ਬੜੇ ਸਸਤੇ ਰੇਟ ਤੇ ਜਿਹੜਾ ਹੈਗਾ 2.5% ਗੌਰਮੈਂਟ ਨੇ ਆਪ ਸੈੱਟ ਕੀਤਾ ਹੋਇਆ ਆ, ਤੁਸੀਂ ਉਸ ਇੰਟਰਸਟ ਤੇ ਤੁਸੀਂ ਲੋਨ ਲੈ ਸਕਦੇ ਹੈਗੇ ਆ, ਜਿਹਨੂੰ ਤੁਸੀਂ ਪਹਿਲੇ 12 ਮਹੀਨੇ ਕੋਈ ਕਿਸ਼ਤ ਵਾਪਸ ਨਹੀਂ ਕਰਨੀ ਹੈਗੀ, ਫਿਰ 5 ਸਾਲਾਂ ਦੇ ਵਿੱਚ ਉਸ ਤੋਂ ਬਾਅਦ ਦੇਣਾ ਹੈਗਾ ਆ, ਉਹ ਤੁਸੀਂ ਅਪਲਾਈ ਕਰ ਸਕਦੇ ਆ ਜੀ। ਉਹਦੀ ਬਸ ਇਹੀ ਰਿਸਟ੍ਰਿਕਸ਼ਨ ਹੈਗੀ ਆ ਕਿ ਤੁਸੀਂ 25% ਆਪਣਾ ਜਿਹੜਾ ਲਾਸਟ ਟਰਨਓਵਰ ਸੀਗਾ ਉਸ ਤੋਂ ਜ਼ਿਆਦਾ ਨਹੀਂ ਲੈ ਸਕਦੇ, ਤੇ ਇਹ ਵੀ ਕਹਿਣਾ ਪੈਂਦਾ ਹੈਗਾ ਤਕਰੀਬਨ ਕਿ ਜਦੋਂ 31 ਦਸੰਬਰ 2019 ਦੇ ਵਿੱਚ ਤੁਹਾਡਾ ਬਿਜ਼ਨਸ ਠੀਕ ਠਾਕ ਸੀਗਾ, ਤੁਸੀਂ ਉਸ ਵਕਤ ਇਨਸੋਲਵੈਂਟ ਨਹੀਂ ਸੀਗੇ ਕਿ ਤੁਹਾਡੀ ਜਿਹੜੀ ਬੈਲੈਂਸ ਸ਼ੀਟ ਸੀਗੀ ਉਹ ਨੈਗੇਟਿਵ ਨਹੀਂ ਸੀਗੀ ਜੀ, ਕਿ ਤੁਹਾਡਾ ਬਿਜ਼ਨਸ ਚੱਲ ਰਿਹਾ ਸੀਗਾ। ਹਾਂਜੀ। ਉਹਨਾਂ ਬਿਜ਼ਨਸ ਦੇ ਨਹੀਂ ਹੈਗਾ ਜਿਹਨਾਂ ਨੂੰ ਪਹਿਲਾਂ ਹੀ ਪ੍ਰੋਬਲਮ ਸੀਗੀਆਂ, ਠੀਕ ਹੈ ਜੀ, ਉਹਨਾਂ ਨੂੰ ਇਹ ਡੈਕਲਰੇਸ਼ਨ ਦੇਣੀ ਪੈਂਦੀ ਹੈਗੀ ਆ, ਲੇਕਿਨ ਇਹ ਤਕਰੀਬਨ ਆਪਣੀ ਸੈਲਫ ਅਸੈਸਮੈਂਟ ਹੈਗੀ ਆ ਤੇ ਇਹ ਬਹੁਤ ਜਲਦੀ ਪ੍ਰੋਸੈਸ ਹੁੰਦੇ ਪਏ ਆ ਬੈਂਕਾਂ ਦੇ ਨਾਲ, ਤਕਰੀਬਨ 48 ਘੰਟਿਆਂ ਦੇ ਵਿੱਚ ਤੁਹਾਨੂੰ ਡਿਸੀਜਨ ਮਿਲ ਜਾਂਦੀ ਹੈਗੀ ਆ, ਤੇ ਤਕਰੀਬਨ ਉਸ ਤੋਂ 24 ਜਾਂ 36 ਘੰਟਿਆਂ ਬਾਅਦ ਤੁਹਾਨੂੰ ਲੋਨ ਵੀ ਬੈਂਕ ਵਿੱਚ ਆ ਜਾਂਦਾ ਹੈਗਾ ਆ। ਇਹ ਤਾਂ ਹੈਗਾ ਲੋਨ ਜਿਹੜਾ 2,000 ਤੋਂ ਲੈ ਕੇ 50,000 ਤੱਕ ਤੁਸੀਂ ਅਪਲਾਈ ਕਰ ਸਕਦੇ ਹਾਂ। ਹਾਂਜੀ। ਸੋ ਛੋਟੇ ਬਿਜ਼ਨੈਸਿਸ ਨੂੰ ਇਹ ਸਹੂਲਤ ਗੌਰਮੈਂਟ ਨੇ ਬਹੁਤ ਜ਼ਿਆਦਾ ਦਿੱਤੀ ਹੋਈ ਹੈ, ਇਹ ਵੀ ਤੁਹਾਨੂੰ ਕੋਈ ਆਪਣੀ ਆਪਣੀ ਗਰੰਟੀ ਨਹੀਂ ਦੇਣੀ ਪੈਂਦੀ ਹੈਗੀ ਕਿ ਤੁਸੀਂ ਮੇਰੇ ਘਰ ਦੇ ਉੱਤੇ ਚਾਰਜ ਲੈ ਗਿਆ ਜਾਂ ਮੈਂ ਤੁਹਾਨੂੰ ਪਰਸਨਲ ਗਰੰਟੀ ਦਿੱਤੀ ਆ ਮੇਰਾ ਬਿਜ਼ਨਸ ਫੇਲ ਹੋ ਜਾਂਦਾ ਕਿ ਫਿਰ ਤੁਸੀਂ ਮੇਰੇ ਤੋਂ ਆ ਕੇ ਪੈਸੇ ਮੰਗਣੇ ਹੈਗੇ ਆ। ਹਾਂਜੀ 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 ਹਾਂਜੀ। ਇਸ ਲੋਨ ਸਕੀਮ ਦੀ ਜਿਹੜੀ ਸਪੋਰਟ ਹੈਗੀ ਆ ਇਹਦੀ ਗਰੰਟੀ ਜਿਹੜੀ ਕਿ 100% ਜਿਹੜੀ ਆ ਉਹ ਗੌਰਮੈਂਟ ਆਪ ਦੇ ਰਹੀ ਆ, ਜਿਹੜੇ ਤੋਂ ਵੀ ਜਿਹਨਾਂ ਤੋਂ ਵੀ ਜਾ ਕੇ ਤੁਸੀਂ ਲੋਨ ਲੈਂਦੇ ਆ, ਹੋ ਸਕਦਾ ਆਪਣਾ ਬੈਂਕ ਜਾਂ ਹੁਣ ਕਾਫੀ ਹੋਰ ਕੰਪਨੀਆਂ ਨੂੰ ਵੀ ਇਹ ਸਹੂਲਤ ਦਿੱਤੀ ਆ ਕਿ ਤੁਸੀਂ ਇਹ ਲੋਨ ਦੇ ਸਕਦੇ ਆ। ਜੇ ਤੁਸੀਂ ਇੰਟਰਨੈਟ ਵਿੱਚ ਬਾਊਂਸ ਬੈਕ ਲੋਨ ਪਾਉਂਦੇ ਹੈਗੇ ਆ, ਤਕਰੀਬਨ ਸਾਰਿਆਂ ਦੀ ਲਿਸਟ ਆ ਜਾਂਦੀ ਜਿਹੜੀ ਜਿਹੜੀ ਇੰਸਟੀਟਿਊਸ਼ਨ ਇਹ ਲੋਨ ਦਿੰਦੀ ਪਈ ਆ ਜੀ ਜੀ। ਜਿਹਨੇ ਬਿਜ਼ਨਸ ਨੂੰ 50,000 ਤੋਂ ਜ਼ਿਆਦਾ ਚਾਹੀਦਾ ਹੈਗਾ ਪੈਸਾ, ਉਹਨਾਂ ਵਿੱਚ ਗੌਰਮੈਂਟ ਨੇ ਇੱਕ ਹੋਰ ਸਕੀਮ ਬਣਾਈ ਹੋਈ ਹੈਗੀ ਆ, ਉਹਦਾ ਨਾਂ ਹੈਗਾ ਆ ਕਰੋਨਾ ਵਾਇਰਸ ਬਿਜ਼ਨਸ ਇੰਟਰਪਸ਼ਨ ਲੋਨ ਸਕੀਮ, ਜਿਹਨੂੰ ਅਸੀਂ ਜਦੋਂ ਜਲਦੀ ਕਹਿ ਦਿੰਦੇ ਇਹਨੂੰ ਸਿਬਲ ਕਹਿੰਦੇ ਆ। ਠੀਕ ਹੈ ਜੀ। ਇਹਦੇ ਵਿੱਚ ਬਿਜ਼ਨਸ ਜਿਹੜੇ ਹੈਗੇ ਆ ਜਿਹਨਾਂ ਦਾ ਟਰਨ ਓਵਰ 45 ਮਿਲੀਅਨ ਤੋਂ ਘੱਟ ਹੈਗਾ ਆ, ਇਹ ਤਕਰੀਬਨ 5 ਮਿਲੀਅਨ ਪਾਊਂਡ ਤੱਕ ਲੋਨ ਲੈ ਸਕਦੇ ਆ ਜੀ। ਠੀਕ ਹੈ ਜੀ। ਇਹ ਵੀ ਤੁਸੀਂ ਆਪਣੇ ਬੈਂਕ ਤੋਂ ਹੀ ਲੈਣਾ ਜਾਂ ਜਿੱਦਾਂ ਮੈਂ ਹੁਣ ਕਿਹਾ ਸੀਗਾ ਕਿ ਗੌਰਮੈਂਟ ਨੇ ਕਈ ਹੋਰ ਓਰਗਨਾਈਜੇਸ਼ਨ ਇਹਨੂੰ ਆਥੋਰਾਈਜੇਸ਼ਨ ਦੇ ਦਿੱਤੀ ਹੈਗੀ ਆ ਇਹਨਾਂ ਨੂੰ ਦੇਣ ਲਈ। ਠੀਕ ਹੈ। ਜ਼ਰੂਰੀ ਨਹੀਂ ਤੁਸੀਂ ਆਪਣੇ ਬੈਂਕ ਤੋਂ ਲੈਣਾ, ਜੇ ਤੁਹਾਡੇ ਬੈਂਕ ਨੇ ਨੋ ਕਹਿ ਦਿੱਤਾ ਹੈਗਾ ਆ ਤੁਸੀਂ ਬਾਕੀ ਇੰਸਟੀਟਿਊਸ਼ਨ ਨੂੰ ਜਾ ਕੇ ਉੱਥੇ ਵੀ ਰੀਅਪਲਾਈ ਕਰ ਸਕਦੇ ਹੈਗੇ ਆ, ਇਹ ਨਹੀਂ ਹੈਗਾ ਕਿ ਇੱਕ ਨੇ ਨਾ ਕਰਤਾ ਕਿ ਦੂਸਰਾ ਹਾਂ ਨਹੀਂ ਕਰੇਗਾ ਜੀ। ਠੀਕ ਹੈ। ਇਹਦੇ ਵਿੱਚ ਇੱਦਾਂ ਹੈਗਾ ਕਿ ਜਿਹੜੀ ਰੇਟ ਜਿਹੜਾ ਸੈੱਟ ਹੁੰਦਾ ਹੈਗਾ ਆ ਜਿਹਨਾਂ ਨੂੰ ਜਿਹਨਾਂ ਤੋਂ ਤੁਸੀਂ ਅਪਲਾਈ ਕਰਦੇ ਹੈਗੇ ਆ ਉਹ ਸੈੱਟ ਕਰਦੇ ਆ। ਠੀਕ ਹੈ ਜੀ। ਬਟ ਇਹਦੇ ਵਿੱਚ ਜਿਹੜੀ ਗਰੰਟੀ ਹੈਗੀ ਆ ਇਹ 100% ਗੌਰਮੈਂਟ ਦੀ ਨਹੀਂ ਹੈਗੀ, ਜਿਹਦੇ ਵਿੱਚ ਜਿਹੜੀ ਗਰੰਟੀ ਹੈਗੀ ਆ 80% ਗੌਰਮੈਂਟ ਦੀ ਆ। ਜੀ ਬਿਲਕੁਲ। ਸੋ ਸਪੋਰਟ ਇਹਦੇ ਵਿੱਚ ਵੀ ਹੈਗਾ ਆ। ਹਾਂਜੀ। ਤੇ ਇਸ ਤੋਂ ਬਾਅਦ ਹੁਣ ਜਿੱਦਾਂ ਆਪਣੇ ਬਿਜ਼ਨਸ ਕਰਦੇ ਪਏ ਹੈਗੇ ਆ, ਹਾਂਜੀ, ਇਹ ਸਾਲ ਮੁਸ਼ਕਿਲ ਚੱਲਿਆ ਹੈਗਾ, ਕਈ ਹੁੰਦੇ ਆ ਕਿ ਜਿਹਨਾਂ ਨੂੰ ਪਤਾ ਕਿ ਮੇਰਾ ਅਗਲੇ ਸਾਲ ਟੈਕਸ ਕਿੰਨਾ ਬਣਨਾ ਹੈਗਾ ਆ ਜੀ, ਉਹਨਾਂ ਨੇ ਪੈਸੇ ਸਾਈਡ ਤੇ ਵੱਟੇ ਹੁੰਦੇ ਆ ਕਿ ਮੈਂ ਆਹ ਅੱਗੇ ਉਹ ਟੈਕਸ ਦੇਣਾ ਹੈਗਾ ਆ। ਹਾਂਜੀ। ਲੇਕਿਨ ਇੰਨੀ ਰਿਸਟ੍ਰਿਕਸ਼ਨਸ ਪੈ ਕੇ ਕਈਆਂ ਨੇ ਉਹ ਪੈਸੇ ਜਿਹੜੇ ਹੈਗੇ ਆ ਉਹ ਵਰਥ ਹੋ ਚੁੱਕੇ ਆ ਇਸ ਸਾਲ। ਹਾਂਜੀ। ਹਾਂਜੀ। ਉਸ ਤੋਂ ਬਾਅਦ ਕਈਆਂ ਨੇ ਲੋਨਸ ਵੀ ਲਿੱਤੇ ਹੋਏ ਆ, ਹੁਣ ਗੌਰਮੈਂਟ ਇਹ ਕਹਿ ਰਹੀ ਆ ਕਿ ਹੁਣ 31 ਜਨਵਰੀ ਆ ਗਿਆ ਹੈਗਾ ਆ, ਹਾਂਜੀ, ਜਿਹੜੇ ਬਿਜ਼ਨਸ ਵਿੱਚ ਹੈਗੇ ਆ ਉਹਨਾਂ ਨੂੰ ਆਪਣੀ ਸੈਲਫ ਅਸੈਸਮੈਂਟ ਦੀ ਟੈਕਸ ਰਿਟਰਨ ਬਣਾਉਣੀ ਪੈਣੀ ਹੈਗੀ ਆ, ਤੇ ਪੈਸੇ ਜਿਹੜੇ ਦੇਣੇ ਹੁੰਦੇ ਆ ਟੈਕਸ ਦੇ ਉਹ ਹੁਣ ਡਿਊ ਪੈ ਜਾਂਦੇ ਆ। ਠੀਕ ਹੈ ਜੀ। ਜਿਹੜੇ ਪੈਸੇ ਡਿਊ ਵਿੱਚ ਆ ਰਹੇ ਹੈਗੇ ਆ